ਸਟੂਡੈਂਟਸ ਪ੍ਰੈਜ਼ੈਂਟ ਹੋ? ਜਮਾਵਾਜ਼ ਨੇ ਸਟੂਡੈਂਟਸ ਪ੍ਰੈਜ਼ੈਂਟ ਹੋ? ਜਿਦੋਂ ਕੱਲ ਨੂੰ ਪੰਜਾਬ ਵਾਲੇ ਆਈਐਸਓਐਸ ਦੀ ਤਿਆਰੀ ਕਰਨ ਲੱਗੇ ਫਿਰ ਉਧਰ ਨੂੰ ਵੀ ਚੱਲ ਪਾਂਗੇ ਜੀ ਹੁਣ ਕਰਦੀ ਆ ਕਿ ਯਾਰ ਚੱਲੇ ਬਾਹਰ ਦੇ ਚੱਕਰ ਦੇ ਵਿੱਚ ਵੀ ਪੀਟੀਸੀ ਦਾ ਇੱਕ ਪ੍ਰੋਜੈਕਟ ਛੱਡ ਦਿੱਤਾ ਤੁਸੀਂ ਕੁੜੀਆਂ ਪਿੱਛੇ ਬੈਠੇ ਹੋ ਤਾਂ ਡਰੇ ਡਰੇ ਬੈਠੇ ਹੋ ਜਾਂ ਤੁਸੀਂ ਸਪੇਸ ਅੱਪ ਤੋਂ ਕੁੜੀਆਂ ਚ ਬੈਠੇ ਹੋ ਤਾਂ ਡਰੇ ਡਰੇ ਬੈਠੇ ਹੋ ਲੈ ਤੁਹਾਨੂੰ ਤਾਂ ਪਰ ਅਸੀਂ ਦੇਖੀ ਤੁਹਾਡੇ ਤਾਂ ਰੱਬ ਮੇਰੀ ਬਹੁਤ ਕਰ ਰਹੇ ਸਟਾਰ ਦਾ ਉਹਦੇ ਚ ਸ਼ੋਅ ਚ ਟ੍ਰੇਲਰ ਤੁਹਾਨੂੰ ਤਾਂ ਸਭ ਤੋਂ ਵੱਧ ਨੂੰ ਤੁਸੀਂ ਜ਼ੋਰ ਦੀ ਬੋਲਣਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਟੇਲੂਆ ਜੀ ਤੇ ਮੈਂ ਸਮੰਦਾ ਕਰੈਕਟਰ ਪਲੇ ਕਰ ਰਹੀ ਤੇ ਮੇਰਾ ਪਿੰਡ ਦਾ ਨਾਮ ਹੈਗਾ ਰਟੋਲਾ ਜੀ ਸੁਨਾਮ ਲਵੀ ਹੈ ਪਰ ਜਦੋਂ ਟੇਕਸ ਲੈ ਰਹੇ ਸੀ ਉਦੋਂ ਵੀਰੇ ਮੇਰੇ ਦੇ ਕਾਫੀ ਵਾਰ ਮਤਲਬ ਤੱਪੜ ਮਾਰਨਾ ਪਿਆ ਮੈਨੂੰ ਵੀ ਖੁਦ ਨੂੰ ਚੰਗਾ ਲੱਗਦਾ ਪਰ ਥੋੜਾ ਰੀਅਲ ਬਣਾਉਣ ਵਾਸਤੇ ਮਾਰਨਾ ਪੈਂਦਾ ਹੈ ਨਾ ਵੀ ਸ਼ਾਟ ਵਧੀਆ ਆ ਜੇ ਮੈਨੂੰ ਨਹੀਂ ਲੱਗਦਾ ਕਿ ਇਹ ਵਾਲੇ ਜਨਰ ਦਾ ਯਾਰ ਜਿਗਰੀ ਤੋਂ ਬਾਅਦ ਥੋੜਾ ਹੀ ਵੈਬ ਸੀਰੀਜ਼ ਦਾ ਕੰਟੈਂਟ ਆ ਰਿਹਾ ਕਿਉਂਕਿ ਸਾਰੇ ਥ੍ਰਿਲ ਐਕਸ਼ਨ ਮੁੰਡਿਆਂ ਨੂੰ ਪਤਾ ਹੋਊਗਾ ਰਿਵੈਂਜ ਇਨਾਤੀ ਵੈਬਸਾਈਟ ਡਿਜ਼ਾਈਨ ਆਹ ਵਾਲਾ ਜਨਰ ਰੈਪੀਟਿਵ ਆਣਾ ਜਿਹਹੀ ਪਹਿਲੀ ਵਾਰੀ ਲੈ ਕੇ ਆਏ ਸੀ ਇਨਾਂ ਤੋਂ ਬਾਅਦ ਕੋਈ ਨਹੀਂ ਚਲੀ ਆਹੀ ਹੁਣ ਦੁਬਾਰਾ ਬਿਲਕੁਲ ਅੱਗੇ ਸੀ ਰਿਜ਼ਰਵ ਕਰ ਦੋ ਸਾਰੀ ਜਿੰਨੀ ਕਾਸਟ ਆ ਨਾ ਇਹਨਾਂ ਨੇ ਮਤਲਬ ਮੈਨੂੰ ਲੱਗਦਾ ਵੀ ਆਪਣਾ 200% ਦਿੱਤਾ ਤਾਂ ਇਸ ਕਰਕੇ ਕੋਈ ਰੀਜ਼ਨ ਹੈ ਵੀ ਯਾਰ ਜਿਗਰੀ ਲੇਟ ਹੋ ਰਿਹਾ ਮੈਂ ਖੁਦ ਨਹੀਂ ਚਾਹੁੰਦਾ ਯਾਰ ਜਿਗਰੀ ਲੇਟ ਹੋਵੇ ਯਾਰ ਉਹ ਤਾਂ ਸਾਨੂੰ ਮਤਲਬ ਕਿ ਸਾਡਾ ਸਾਨੂੰ ਸਭ ਕੁਝ ਯਾ ਉਹਨੇ ਦਿੱਤਾ ਆ ਅਸੀਂ ਨਹੀਂ ਚਾਹੁੰਦੇ ਇਹ ਗੱਲ ਇਹ ਹਿੱਲਤੀ ਆ ਜੀ ਇਹ ਗੈਪ ਰਹਿੰਦਾ ਇਹ ਹਿੱਲਤੀ ਆ ਇਹ ਭਾਈ ਨੇ 200 ਦੋਸੇ ਇੰਦਿਆਂ ਦਵਾਈਆਂ ਫਿਰ ਗਾਇਬ ਹੋ ਗਏ ਕੁੜਦਾ ਇਹਦੇ ਕੋਲ ਜਿਹੜਾ ਆਉਣਾ ਮੈਂ ਖਾਣ ਪੀਣੂ ਦਿੰਦਾ ਸੀਗਾ ਇਹ ਕੋਈ ਹੁਣ ਨਹੀਂ ਚਾਹੀਦਾ ਬਾਟਰ ਬਾਟਰ ਹੋ ਗਈ ਮੇਰਾ ਤਕ ਤਕਾਟ ਮੇਰਾ ਧੜਕੇ ਗੋਮੰਟ ਗੌਣ ਮੇ ਤੇਰਾ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੇਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਅੱਛਾ ਕਾਲਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਮੇਨੀਆ ਤੇ ਅੱਜ ਸਾਡੀ ਟੀਮ ਪਹੁੰਚ ਚੁੱਕੀ ਹੈ ਰਾਇਲ ਸਿਟੀ ਆਫ ਪੰਜਾਬ ਯਾਨੀ ਕਿ ਪਟਿਆਲਾ ਚ ਪਟਿਆਲਾ ਅੰਦਰ ਐਂਟਰ ਹੋ ਰਿਹਾ ਸ਼ੰਡੇਗੜ ਰਾਹੀ ਬਹੁਤ ਕੁਝ ਦੇਖਣ ਨੂੰ ਮਿਲਿਆ ਤੇ ਰਾਚਨਾਇਕ ਜਮਾਤ ਲੱਗੀ ਹੋਈ ਸੀ ਆਇਲਸ ਦੀ ਤੇ ਉਹ ਮੈਂ ਰੋਕ ਲਈ ਤੇ ਕਲਾਸ ਦਾ ਮੈਂ ਟੀਚਰ ਵੀ ਰੋਕ ਲਿਆ ਨਾਲ ਤੇ ਤੁਹਾਨੂੰ ਮਿਲਵਾਨ ਚੱਲੇ ਆ ਯਾਰ ਚੱਲੇ ਵਾਰ ਦੀ ਸਟਾਰ ਕਾਸਟ ਜਾਂ ਫਿਰ ਮੈਂ ਕਹਿ ਸਕਦੀ ਆ ਇਹਨਾਂ ਦੀ ਕਲਾਸ ਨਾਲ ਤੇ ਸਾਰੇ ਸਟੂਡੈਂਟਸ ਨਾਲ ਤੇ ਸਟੂਡੈਂਟਸ ਦੇ ਪ੍ਰੋਫੈਸਰ ਹੈੱਡ ਪ੍ਰੋਫੈਸਰ ਪ੍ਰਿੰਸੀਪਲ ਕਹਿ ਲੋ ਮੈਂ ਕਿਹਨੀਆਂ ਸਕੂਲ ਬਣਾਇਆ ਵੀ ਇਹਨਾਂ ਨੇ ਇਟ ਵੀ ਇਹਨਾਂ ਨੇ ਰੱਖੀਏ ਸਕੂਲ ਟੀਚਰ ਵੀ ਆਈ ਨੇ ਸਭ ਕੁਝ ਆਈ ਨੇ ਮੈਂ ਤੁਹਾਨੂੰ ਕੱਲ ਕਰਿਆ ਰੈਬੀ ਟਿਵਾਨਾ ਜੀ ਦੀ ਇਹਨਾਂ ਦੀ ਸਟਾਰ ਕਾਸਟ ਸਾਡੇ ਨਾਲ ਹੈ ਵੈਬ ਸੀਰੀਜ਼ ਯਾਰ ਚੱਲੇ ਬਾਹਰ ਦਾ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖ ਲਿਆ ਹੁਣ ਇਹਨਾਂ ਦੀ ਪੂਰੀ ਕਲਾਸ ਅਸੀਂ ਨਾਲ ਲੈ ਕੇ ਬਹਿ ਗਏ ਆ ਤੇ ਇੱਕ ਵਾਰੀ ਸਟੂਡੈਂਟਸ ਨੂੰ ਪੁੱਛ ਲੈਣੇ ਸਟੂਡੈਂਟਸ ਪ੍ਰੈਜ਼ੈਂਟ ਹੋ ਜਮਾਵਾਜ਼ ਨੇ ਸਟੂਡੈਂਟਸ ਪ੍ਰੈਜ਼ੈਂਟ ਹੋ ਕੀ ਬਾਤ ਹੈ ਪਿੱਛੋਂ ਬਹੁਤ ਆਵਾਜ਼ ਆਈ ਹੈ ਇੱਕ ਵਾਰ ਇਹਨਾਂ ਦੇ ਪ੍ਰੋਫੈਸਰ ਨੂੰ ਮਿਲ ਲੈਣੇ ਰੈਬੀ ਟਿਵਾਨਾ ਜੀ ਵੈਲਕਮ ਟੂ ਪੰਜਾਬੀ ਮੈਨੀਆ ਤੁਹਾਡੇ ਨਾਲ ਮਿਲ ਕੇ ਹਰ ਵਾਰ ਬਹੁਤ ਵਧੀਆ ਲੱਗਦਾ ਹੈ ਇਸ ਵਾਰੀ ਮਿਲ ਰਹੇ ਯਾਰ ਚੱਲੇ ਬਾਹਰ ਲਈ ਹਾਂਜੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਪੰਜਾਬੀ ਮੀਨੀਆਂ ਦਾ ਹਮੇਸ਼ਾ ਪਿਛਲੇ ਯਾਰ ਜਿਗਰੀ ਚ ਵੀ ਜਦੋਂ ਫੱਸੀ ਜਨ ਕੀਤਾ ਸੀਗਾ ਜੀ ਜਦੋਂ ਪਹਿਲੀ ਇੰਟਰਵਿਊ ਆਇਆਗਾ ਪੰਜਾਬੀ ਮੀਨੀਆਂ ਨਾਲ ਅਸੀਂ ਕੀਤੀ ਸੀ ਸਾਰਿਆਂ ਨੇ ਤੇ ਉਦੋਂ ਵੀ ਬੜਾ ਵਧੀਆ ਲੱਗਿਆ ਸੀਗਾ ਉਦੋਂ ਵੀ ਆਹੀ ਮਾਹੌਲ ਸੀ ਫੈਮਿਲੀਅਰ ਜਿਆ ਤੇ ਅੱਜ ਵੀ ਆਹੀ ਮਾਹੌਲ ਆ ਸੋ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਸਟੂਡੈਂਟਸ ਸਾਰੇ ਇੱਥੇ ਪਹੁੰਚੇ ਹੋਏ ਐ ਤੇ ਅੱਜ ਅੱਗੇ ਤੁਸੀਂ ਡਿਗਰੀਆਂ ਰੋਕ ਦਿੰਦੇ ਸੀ ਕਸੂਤੀ ਡਿਗਰੀਆਂ ਆਖਦੇ ਨੇ ਤੁਸੀਂ ਆਹੀ ਇਸ ਨੂੰ ਵੀ ਕਸੂਤੀ ਕਰਨ ਲੱਗੇ ਹੋਏ ਉਹ ਕੀ ਚੱਕਰ ਐ ਇਹ ਬਸ ਜੀ ਐਜੂਕੇਸ਼ਨ ਸਿਸਟਮ ਤੇ ਕਿਉਂ ਤੁਸੀਂ ਮਾਰ ਕੀਤੀ ਹੋਈ ਹੈ ਬਸ ਜੀ ਫਿਰ ਕਨਸੈਪਟ ਹੁਣ ਆਪਣਾ ਹੁੰਦਾ ਜੀ ਜਿਹੜੇ ਕਮਿੰਗ ਆਫਿਸ ਚ ਡਰਾਮਾਸ ਬਣਾਈਏ ਜਿਹੜੇ ਆਪਣੇ ਸਟੂਡੈਂਟਸ ਨੇਗੇ ਹਨਾ ਵੀ ਟੀਨ ਡਰਾਮਾਸ ਜਿਹੜਾ ਆਪਾਂ ਦੇਖਦੇ ਆ ਹਨਾ ਤਾਂ ਉਦਾਂ ਦੇ ਥੋੜਾ ਜਿਹਾ ਕਹਿ ਲੋ ਤੁਸੀਂ ਵੀ ਉਹ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਜਿਹੜੀ ਚੀਜ਼ ਫਿਰ ਟ੍ਰੈਂਡਿੰਗ ਹੁੰਦੀ ਹੈ ਜੀ ਤਾਂ ਹੁਣ ਉਧਰ ਨੂੰ ਆਗੇ ਜੀ ਜਦੋਂ ਕੱਲ ਨੂੰ ਪੰਜਾਬ ਵਾਲੇ ਆਈਐਸ ਉਹ ਇਸ ਦੀ ਤਿਆਰੀ ਕਰਨ ਲੱਗੇ ਫਿਰ ਉਧਰ ਨੂੰ ਵੀ ਚੱਲ ਪਾਗੇ ਜੀ ਹੁਣ ਕਰਦੀ ਹੈ ਬਹੁਤ ਐਕਸਾਈਟਡ ਆਂ ਜੇ ਕੋਈ ਯੂਪੀਐਸੀ ਆ ਉਹ ਯੂਪੀਐਸਸੀ ਐਸੀ ਉਹ ਵੀ ਕਰ ਲਾਂਗੇ ਜੀ ਹੁਣ ਹੈ ਹੀ ਨਹੀਂ ਐਨੇ ਘਟਕੇ ਇੱਕ ਟਾਈਮ ਦੌਰ ਹੁੰਦਾ ਸੀ ਜਦੋਂ 1960-70 ਚ ਵੀ ਆਪਣੀ ਸਾਰੇ ਜਿਹੜੇ ਨਿਕਲਦੇ ਹੁੰਦੇ ਸੀਗੇ ਆਈਐਸ ਹਨਾ ਉਹ ਪਤਾ ਨਹੀਂ ਕਿ ਉਹ ਦੌਰ ਹੌਲੀ ਹੌਲੀ ਚੇਂਜ ਹੁੰਦਾ ਰਿਹਾ ਫਿਰ ਪੀਰੀਅਡ ਡਰਾਮਾ ਬਣਾਵਾਂਗੇ ਜੀ ਆਪਾਂ ਯੂਪੀਐਸਸੀ ਤੋਂ ਪੰਜਾਬ ਕਰਦੇ ਸੀ। ਕੀ ਬਾਤ ਹੈ ਇਹ ਵੀ ਬੜਾ ਇੱਕ ਇੰਟਰਸਟਿੰਗ ਕੌਨਸੈਪਟ ਲੱਗਦਾ ਦਿਮਾਗ 'ਚ ਹੈਗਾ। ਇਸ ਦੇ ਨਾਲ ਹੀ ਪੂਰੀ ਸਟਾਰ ਕਾਸਟ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਫੁੱਲ ਫਲੇਜਡ ਸਟਾਰ ਕਾਸਟ ਹੈਗੀ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਮਾਈਕ ਪਾਸ ਕਰੂੰਗੀ ਤੁਸੀਂ ਤਿੰਨ ਚੀਜ਼ਾਂ ਦੱਸਣੀਆਂ ਆਫ ਦਾ ਰੀਅਲ ਨੇਮ ਆਫ ਦਾ ਸ਼ ਅਰਵਿਦਾ ਸਕਦੇ ਹੋ ਸਤਿ ਸ਼੍ਰੀ ਅਕਾਲ ਪੰਜਾਬੀ ਮੇਂਡੀਆਂ ਨੂੰ ਤੇ ਮੇਰਾ ਨਾਮ ਜੋਤ ਅਰੋੜਾ ਤੇ ਵੈਬ ਸੀਰੀਜ਼ ਚ ਮੇਰਾ ਨਾਮ ਹੈ ਨਿਮਰਤ ਤੇ ਮੈਂ ਬਿਲੋਂਗ ਕਰਦੀ ਹਾਂ ਅਮਰਤਸਰ ਤੋਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਰਸ਼ਦੀਪ ਕੌਰ ਪੱਟੀ ਤੇ ਮੇਰੇ ਕੈਰੈਕਟਰ ਦਾ ਨਾਮ ਹੈ ਪ੍ਰੀਤ ਤੇ ਮੈਂ ਬਠਿੰਡਾ ਤੋਂ ਬਿਲੋਂਗ ਕਰਦੀ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਚੇਸ਼ਟਾ ਅਹੂਰਜਾ ਤੇ ਮੇਰੇ ਕੈਰੈਕਟਰ ਦਾ ਨਾਮ ਹੈ ਪੱਲਵੀ ਐਂਡ ਮੈਂ ਮੋਹਾਲੀ ਤੋਂ ਬਿਲੋਂਗ ਕਰਦੀ ਹਾਂ ਸਾਤਰੀਆ ਕਾਲਜੀ ਮੇਰਾ ਨਾਮ ਨਵਕਰਨ ਕੌਰ ਪੱਠਲ ਹੈ ਤੇ ਪਿੰਡ ਵੀ ਮੇਰਾ ਪੱਠਲਾ ਹੀ ਆ ਪਰ ਰਹਿੰਦੇ ਸੀ ਬਰਨਾਲਾ ਤੇ ਮੇਰਾ ਕਰੈਕਟਰ ਦਾ ਨਾਮ ਹੈ ਗੁਰਲੀਨ ਹੈਲੋ ਮੇਰਾ ਨਾਮ ਹੈ ਆਨੰਤਪ੍ਰਿਆ ਤੇ ਮੈਂ ਮੇਹਰ ਦਾ ਕਰੈਕਟਰ ਕਰ ਰਹੀ ਆ ਤੇ ਮੈਂ ਮੋਹਾਲੀ ਤੋਂ ਆ ਸਾਤਰੀਕਰ ਜੀ ਮੇਰਾ ਨਾਮ ਜਸਟੇਲੂਆ ਜੀ ਤੇ ਮੈਂ ਸਮਨ ਦਾ ਕਰੈਕਟਰ ਪਲੇ ਕਰ ਰਹੀ ਤੇ ਮੇਰਾ ਪਿੰਡ ਦਾ ਨਾਮ ਹੈਗਾ ਰਟੋਲਾ ਜੀ ਸੁਨਾਮ ਲਵੀ ਸਸ਼ੀਕਾਲ ਜੀ ਮੇਰਾ ਨਾਮ ਹੈ ਰਾਜਵੀਰ ਕੌਰ ਤੇ ਸੀਰੀਜ਼ ਦੇ ਵਿੱਚ ਮੇਰਾ ਕੈਰੈਕਟਰ ਨੇਮ ਹੈ ਰਮਨੀਕ ਕੌਰ ਤੇ ਮੈਂ ਮੋਗਾ ਤੋਂ ਬਿਲੋਂਗ ਕਰਦੀ ਆਂ ਸਸ਼ੀਕਾਲ ਜੀ ਮੇਰਾ ਨਾਮ ਹੈ ਇੰਦਰਜੀਤ ਸਿੰਘ ਤੇ ਮੇਰਾ ਕੈਰੈਕਟਰ ਦਾ ਨਾਮ ਬੀਂਦਰ ਹੈ ਤੇ ਮੈਂ ਲਲਡੂ ਮੰਡੀ ਤੋਂ ਬਿਲੋਂਗ ਕਰਦਾ ਆਂ ਤੇ ਮੇਰਾ ਪਿੰਡ ਵੈਸੇ ਪਹਿਲਾਂ ਜੋੜਾ ਖੁਰਦ ਸੀ ਸਸ਼ੀਕਾਲ ਜੀ ਮੇਰਾ ਨਾਮ ਹੈ ਯੁਵਰਾਜ ਸਿੰਘ ਤੁਰਨਾ ਤੇ ਮੈਂ ਜੇਜੇ ਦਾ ਕੈਰੈਕਟਰ ਪਲੇ ਕਰ ਰਿਹਾ ਤੇ ਮੈਂ ਪਟਿਆਲੇ ਤੋਂ ਹੀ ਬਿਲੋਂਗ ਕਰਦਾ ਆਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਰਣਜੋਤ ਸਿੰਘ ਹੰਟਾਲੂ ਜੋਦਾ ਜੋਦਾ ਕਹਿੰਦੇ ਨੇ ਪਿੰਡ ਮੇਰਾ ਖਾਲਸਪੁਰਾ ਤੇ ਮੈਂ ਕਰੈਕਟਰ ਪਲੇ ਕਰ ਰਹੀ ਹਾਂ ਲਵਦੀਪ ਸਿੰਘ ਦਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੈਵੀ ਡਸਕਾ ਤੇ ਡਸਕਾ ਮੇਰੇ ਪਿੰਡ ਦਾ ਨਾਮ ਹੈ ਜੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਹੈ ਤੇ ਮੈਂ ਵੈਬ ਸੀਰੀਏ ਦੇ ਵਿੱਚ ਯਾਦੀ ਦਾ ਕਰੈਕਟਰ ਹੈ ਜਿਹੜਾ ਉਹ ਪਲੇ ਕਰ ਰਹੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬੂਟਾ ਸਿੰਘ ਬੜਬਰ ਹੈ ਜੀ ਤੇ ਜ਼ਿਲ੍ਹਾ ਮੇਰਾ ਬਰਨਾਲਾ ਤੇ ਪਿੰਡ ਮੇਰਾ ਬੜਬਰ ਹੈ ਜੀ ਤੇ ਮੈਂ ਵੈਬ ਸੀਰੀਏ ਦੇ ਵਿੱਚ ਹੈਰੀ ਦਾ ਕਰੈਕਟਰ ਪਲੇ ਕਰ ਰਿਹਾ ਹਾਂ ਥੈਂਕ ਯੂ ਸਸ਼ੀਗਲ ਜੀ ਮੇਰਾ ਨਾਮ ਬਿਨੇ ਜੋੜਾਈ ਤੇ ਮੈਂ ਕਰਮੇ ਦਾ ਕੈਰੈਕਟਰ ਪਲੇ ਕਰ ਰਿਹਾ ਤੇ ਪਿੰਡ ਆਪਣਾ ਬਲਾਸਪੁਰਾਈ ਮੋਗਾ ਬਰਨਾਲਾ ਰੋਡ ਤੇ ਪੈਂਦਾ ਹੈ थैंक यू ਨਹੀਂ ਤੁਹਾਨੂੰ ਕੋਈ ਕਿਸੇ ਨੇ ਪਿੱਛੋਂ ਸਿਟੀ ਤੇ ਕੇ ਛੱਡਿਆ ਸੀਗਾ ਕੋਈ ਅੰਦਰੋਂ ਕੀ ਕਹਿੰਦੀ ਹੈ ਚਾਬੀ ਦੇ ਕੇ ਛੱਡਿਆ ਸੀ ਤੁਸੀਂ ਆਏ ਪਰ ਬਹੁਤ ਸੋਹਣੇ ਕੈਰੈਕਟਰ ਸਾਡੇ ਸਾਰੇ ਨੇ ਸਭ ਤੋਂ ਜ਼ਿਆਦਾ ਆਵਾਜ਼ ਮਨ ਲੱਗਦਾ ਪਿੱਛੇ ਆਏ ਮੁੰਡਿਆਂ ਤੋਂ ਆਈ ਹੈ ਇਸ ਸਾਈਡ ਵਾਲੇ ਸਭ ਤੋਂ ਜੋਸ਼ ਚ ਬੈਠੇ ਸੀ ਤੁਸੀਂ ਕੁੜੀਆਂ ਪਿੱਛੇ ਬੈਠੇ ਹੋ ਤਾਂ ਡਰੇ ਡਰੇ ਬੈਠੇ ਹੋ ਜਾਂ ਤੁਸੀਂ ਸਪੈਸਪਤ ਕੁੜੀਆਂ ਚ ਬੈਠੇ ਹੋ ਤਾਂ ਡਰੇ ਡਰੇ ਬੈਠੇ ਹੋ ਲੇ ਤੁਮ ਤਾਂ ਪਰ ਅਸੀਂ ਦੇਖੇ ਥੋੜੇ ਤਾਂ ਰਬ ਮੇਰੀ ਬਹੁਤ ਕਰ ਰਿਹਾ ਸਟਾਰ ਦਾ ਉਹ ਜੋ ਸ਼ੋਅ ਚ ਟ੍ਰੇਲਰ ਤੁਹਾਨੂੰ ਸਭ ਤੋਂ ਵੱਧ ਨੂੰ ਤੁਸੀਂ ਜ਼ੋਰ ਦੀ ਬੋਲਣਾ ਇੱਕ ਕਰੀ ਜ਼ੋਰ ਦੀ ਬੜਕਾ ਲਾ ਦਿਓ ਮੇਰੇ ਲਈ ਇੱਕ ਕਰੀ ਜ਼ੋਰ ਦੀ ਸਸਰੀ ਕਾਲੀ ਕਹਿ ਦਿਓ ਮੈਨੂੰ ਪਲੀਜ਼ ਸਸਰੀਕਰ ਜੀ ਕੀ ਬਾਤ ਹੈ ਇਸ ਦੇ ਨਾਲ ਹੀ ਆਪਾਂ ਹੁਣ ਥੋੜੀ ਟ੍ਰੇਲਰ ਦੀ ਗੱਲ ਕਰਦੇ ਆਂ ਟ੍ਰੇਲਰ ਬਹੁਤ ਪਸੰਦ ਆ ਰਿਹਾ ਜਿੱਦਾਂ ਵੀ ਆਪਾਂ ਦੇਖਦੇ ਆਂ ਸ਼ੁਰੂ ਹੁੰਦਾ ਗੁਰਸਿੱਧੂ ਦੇ ਮਿਊਜ਼ਿਕ ਨਾਲ ਸ਼ੁਰੂ ਹੁੰਦਾ ਤੇ ਗੁਰਸਿੱਧੂ ਦੇ ਕਿੰਨੇ ਫੈਨਸ ਬੈਠੇ ਇੱਥੇ ਪਰਸਨਲੀ ਕੀ ਬਾਤ ਹੈ ਅਰ ਅਭੀ ਜੀ ਤੁਹਾਡਾ ਲਈ ਸਵਾਲ ਮੇਰਾ ਹੈ ਕਿ ਤੁਸੀਂ ਬਹੁਤ ਸਕਸੈਸਫੁਲ ਦੋ ਸੀਜ਼ਨਸ ਦੇ ਚੁੱਕੇ ਹੋ ਪੰਜਾਬ ਨੂੰ ਤੇ ਪੰਜਾਬ ਤੋਂ ਮੈਂ ਕਹਿੰਨੀ ਆ ਇੰਡੀਆ ਲੈਵਲ ਤੇ ਬਹੁਤ ਜ਼ਿਆਦਾ ਰੈਕਗਨਿਸ਼ਨ ਲੈ ਚੁੱਕੇ ਆ ਤੁਹਾਨੂੰ ਪਰਸਨਲੀ ਕੀ ਲੱਗਦਾ ਹੈ ਕਿ ਇੱਕ ਵਧੀਆ ਸਿੰਗਰ ਦਾ ਜਾਂ ਆਰਟਿਸਟ ਦਾ ਸਿੰਗਿੰਗ ਵਾਲੇ ਬੈਕਗ੍ਰਾਉਂਡ ਤੋਂ ਜੁੜਨਾ ਆਪਣੇ ਸ਼ੋਅ ਨੂੰ ਸਪੈਸ਼ਲੀ ਵੈਬ ਸੀਰੀਜ਼ ਨੂੰ ਕਿਉਂਕਿ ਬਹੁਤ ਵੈਬ ਸੀਰੀਜ਼ ਪੰਜਾਬ ਚ ਆਈ ਦਿਨੇ ਆਈਆਂ ਨੇ ਕੋਵਿਡ ਤੋਂ ਪਹਿਲਾਂ ਵੀ ਕੋਵਿਡ ਤੋਂ ਬਾਅਦ ਵੀ ਆਈਆਂ ਨੇ ਬਟ ਜਿਹੜੇ ਆਪਣੇ ਇੱਕ ਲਾਈਟ ਹਾਰਟਿਡ ਕਾਮੇਡੀ ਕਨਸੈਪਟਸ ਨੇ ਨਾ ਉਹ ਬਹੁਤ ਘਟ ਅੱਗੇ ਨਿਕਰ ਕੇ ਆਇਆ ਤੇ ਇੱਕ ਯਾਰ ਜਿਗਰੀ ਨੇ ਹੀ ਉਦਾਂ ਵਿਗਿਆਨਕ ਤੇ ਕਨਸੈਪਟਸ ਤੋਂ ਹਟਕੇ ਤੇ ਗਾਣਿਆਂ ਦਾ ਕਿੰਨਾ ਇਫੈਕਟ ਪੈਂਦਾ ਹੈ ਸ਼ੋਹ ਦੀ ਟੀਆਰਪੀ ਤੇ ਨਹੀਂ ਜੀ ਦੇਖੋ ਗਾਣੇ ਤਾਂ ਬਹੁਤ ਜ਼ਰੂਰੀ ਨੇ ਖਾਸ ਕਰਕੇ ਸਟਾਰਟਿੰਗ ਦੇ ਵਿੱਚ ਹਨਾ ਕਿਉਂਕਿ ਲੋਕਾਂ ਨੂੰ ਆਪਾਂ ਜੋੜਨਾ ਹੁੰਦਾ ਨਾਲ ਦੇਖਣਾ ਹੁੰਦਾ ਲੋਕਾਂ ਨੇ ਹਨਾ ਇੱਕ ਤਰ੍ਹਾਂ ਦਾ ਪ੍ਰੋਮੋਸ਼ਨ ਦਾ ਸਾਧਨ ਵੀ ਬਣਦੇ ਨੇ ਗਾਣੇ ਹਨਾ ਸੋ ਇਸ ਕਰਕੇ ਗਾਣੇ ਬਹੁਤ ਜ਼ਰੂਰੀ ਨੇ ਜੀ ਪਿਛਲੀ ਵਾਰੀ ਸ਼ੈਰੀ ਬਾਈ ਨੇ ਸਾਰਾ ਕੁਝ ਚੈਰੀ ਬਾਈ ਕਰਕੇ ਸਾਡਾ ਸ਼ੋਅ ਇੰਨਾ ਜਿਹੜਾ ਹਿੱਟ ਹੋਇਆ ਹਨਾ ਉਹਨਾਂ ਦਾ ਬਹੁਤ ਵੱਡਾ ਰੋਲ ਆ ਸ਼ਾਇਦ ਜੇ ਉਹ ਗਾਣਾ ਨਾ ਕਰਿਆ ਹੁੰਦਾ ਅੱਜ ਇਹ ਸ਼ੋਅ ਇੰਨੇ ਲੋਕਾਂ ਅਗੇ ਨਾ ਪਹੁੰਚਿਆ ਹੁੰਦਾ ਤਾਂ ਉਦਾਂ ਹੀ ਇਸ ਵਾਰ ਸਾਡਾ ਇਹੀ ਸੀਗਾ ਪਲਾਨ ਜੀ ਵੀ ਕਿੰਨਾ ਨਾਲ ਕਰੀਏ ਟਰੈਕ ਤਾਂ ਗੁਰਸਿੱਧੂ ਬਾਈ ਨਾਲ ਫਸ ਸੀਜ਼ਨ ਦੇ ਐਂਡ ਚ ਅਸੀਂ ਟਰੈਕ ਕੀਤਾ ਸੀਗਾ ਜੀ ਆਪਣਾ ਯਾਰੀ Song ਕੀਤਾ ਸੀ ਫਸਟ ਸੀਜ਼ਨ ਦੇ 13ਵੇਂ ਐਪੀਸੋਡ ਦੇ ਵਿੱਚ ਉਦੋਂ ਮਤਲਬ ਕੀ ਹਾਲਾਤ ਹੋਰ ਸੀਗੇ ਜੀ ਉਦੋਂ ਮੈਨੂੰ ਬਾਈ ਨੇ ਗਾਣਾ ਭੇਜਿਆ ਸੀਗਾ ਵੀ ਸਾਡਾ ਗਾਣਾ ਪਾਓ ਅੱਜ ਐਤ ਕੀ ਹਾਲਾਤ ਤੇ ਇਹ ਸੀ ਕਿ ਵੀ ਮੈਂ ਬਾਈ ਨੂੰ ਕਿਹਾ ਬਾਈ ਸਾਡੇ ਥੀਮ Song ਪਾਓ ਜੀ ਪਲੀਜ਼ ਸਾਡੇ ਉਹਦੇ 'ਚ ਤਾਂ ਬਸ ਐਵੇਂ ਸੀਗਾ ਜੀ ਤਾਂ ਰੋਲ ਤਾਂ ਬਹੁਤ ਵੱਡਾ ਪਲੇ ਕਰਦ ਨੇ ਤੇ ਗਾਣਾ ਵੀ ਸੂਟ ਵੀ ਬਹੁਤ ਕਰ ਰਿਹਾ ਤੇ ਗਾਣਾ ਕੈਚੀ ਬਹੁਤ ਹੈ ਤੇ ਹੋਪਫੁਲੀ ਰੀਲਰ ਰੂਲਾਂ ਬਣ ਜਾਣਗੇ ਮਨ ਲੱਗਦਾ ਵਧੀਆ ਗਾਣੇ ਤੇ ਤੇ ਜਦੋਂ ਮੈਂ ਜਿਵੇਂ ਹੁਣ ਯਾਰ ਜਿਗਰੀ ਦੀ ਗੱਲ ਕੀਤੀ ਤੁਸੀਂ ਇਹ ਚੀਜ਼ ਮੈਨੂੰ ਲੱਗਦਾ ਸਾਰੇ ਸਟਾਰ ਕਾਸਟ ਚ ਬੈਠਾ ਬੈਠਾ ਇੱਕ ਇੱਕ ਸਟਾਰ ਰਿਅਲਾਈਜ਼ ਕਰਦਾ ਹੋਊਗਾ ਕਿ ਯਾਰ ਜਿਗਰੀ ਤੋਂ ਬਾਅਦ ਰੈਬੀ ਟਿਵਾਣਾ ਜੀ ਇੱਕ ਇਹੋ ਜਿਹਾ ਨਾਮ ਬਣ ਚੁੱਕਿਆ ਪੰਜਾਬੀ ਇੰਡਸਟਰੀ ਦੀ ਗੱਲ ਨਾ ਕਰਦੇ ਪੂਰੇ ਪੰਜਾਬ 'ਚ ਕਿ ਜੇ ਕੋਈ ਬੱਡਿੰਗ ਟੈਲੈਂਟ ਆਂਦਾ ਹੈ ਤੋਂ ਨੂੰ ਲੱਗਦਾ ਕਿ ਸ਼ਾਇਦ ਜੇ ਆਪਾਂ ਰੈਬੀ ਜੀ ਨਾਲ ਕੰਮ ਕਰ ਲਾਂਗੇ ਨਾ ਤਾਂ ਆਪਣਾ ਵੀ ਸਿੱਕਾ ਖੋਲ ਜੂਗਾ ਕਿਉਂਕਿ ਯਾਰ ਜਿਗਰੀ ਦੇ ਜਿਹੜੇ ਸਟਾਰ ਸੀਗੇ ਉਹ ਵੀ ਤੁਹਾਡੇ ਵਾਂਗੂ ਇਦਾਂ ਹੀ ਬੈਠੇ ਸੀਗੇ ਇੱਕ ਪੁਖਰਾਜ ਜੀ ਸੀਗੇ ਬਹੁਤ ਫੇਮਸ ਸਿਸਟਮ ਬਾਕੀ ਸਟਾਰਕਾਸ ਸਾਰੇ ਬਹੁਤ ਯੰਗ ਸੀਗੇ ਹਨਾ ਤੇ ਸਾਰੇ ਅੱਜ ਦੇ ਟਾਈਮ ਫਿਲਮਾਂ ਕਰ ਰਿਹਾ ਹੈ 올 ਇੰਡੀਆ ਲੈਵਲ ਤੇ ਸ਼ੋਅਸ ਕਰ ਰਿਹਾ ਹੈ ਬ੍ਰਾਂਡਸ ਇੰਡੋਰਸ ਕਰ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਉਸ ਚੀਜ਼ ਦੀ ਕਿੰਨੀ ਕਿ ਐਕਸਾਈਟਮੈਂਟ ਸੀਗੀ ਕਿ ਅਸੀਂ ਇੱਕ ਇਹੋ ਜਿਹਾ ਨਾਮ ਨਾਲ ਜੁੜ ਰਹੇ ਹਾਂ ਤੇ ਹੁਣ ਸਾਡਾ ਵੀ ਸਿੱਕਾ ਚੱਲੂਗਾ ਕੋਈ ਬੋਲਣਾ ਚਾਹੂਗਾ ਥੈਂਕ ਯੂ ਫॉर ਦ ਕੁਐਸਚਨ ਮੈਨੂੰ ਤਾਂ ਯਾਰ ਜਿਗਰੀ 1 ਤੋਂ ਐਕਚੁਅਲੀ ਵੇਟ ਸੀ ਕਿ ਮੈਨੂੰ ਕੰਮ ਮਿਲ ਜੇ ਕੰਮ ਮਿਲ ਜੇ ਮੈਨੂੰ ਕੰਮ ਮਿਲ ਜੇ ਸਰ ਨੂੰ ਵੀ ਸ਼ਾਇਦ ਯਾਦ ਹੋਣਾ ਕਿ ਮੈਂ ਇੰਸਟਾਗ੍ਰam ਤੇ ਮੈਸੇਜ ਕਰਦੀ ਹੁੰਦੀ ਸੀ ਸਰ ਨੂੰ ਉਸ ਟਾਈਮ ਤੇ ਸ਼ਾਇਦ ਮੈਨੂੰ ਐਕਚੁਅਲੀ ਇਹ ਵੀ ਨਹੀਂ ਪਤਾ ਸੀ ਕਿ ਪ੍ਰੋਫਾਈਲ ਕਿੱਦਾਂ ਭੇਜੀ ਦੀ ਆ ਤੇ ਮੈਂ ਸਰ ਨੂੰ ਉਹੀ ਲਿਖ ਕੇ ਹੀ ਸੈਂਡ ਕਰ ਦਿੱਤਾ ਸੀ ਮੈਸੇਜ ਕਿ ਮੈਨੂੰ ਪਲੀਜ਼ ਕੰਮ ਦੇ ਦਿਓ ਯਾਰ ਜਿਗਰੀ ਚ ਤੇ ਸਰ ਕਹਿੰਦੇ ਕਿ ਉਹ ਤੇ ਸ਼ੂਟ ਹੋ ਚੁੱਕਿਆ ਮੈਮ ਕੋਈ ਨਾ ਤੁਸੀਂ ਪ੍ਰੋਫਾਈਲ ਭੇਜ ਦਿਓ ਨੈਕਸਟ ਟਾਈਮ ਦੇਖ ਲਾਂਗੇ ਤੇ ਨੈਕਸਟ ਟਾਈਮ ਮੈਂ ਪਹੁੰਚੀ ਤਾਂ ਸੀ ਪਰ ਮੈਨੂੰ ਲੱਗਦਾ ਮੈਂ ਸ਼ਾਇਦ ਰੈਬੀ ਸਰ ਤੱਕ ਨਹੀਂ ਪਹੁੰਚ ਪਾਈ ਤੇ ਰਸਤੇ ਦੇ ਵਿੱਚ ਹੀ ਮਤਲਬ ਸਾਰਾ ਪ੍ਰੋਸੈਸ ਰੁਕ ਗਿਆ ਤਾਂ ਫਿਰ ਮੈਨੂੰ ਲੱਗ ਮੈਨੂੰ ਸੀ ਕਿ ਜੇ ਅਗਰ ਮੈਂ ਮਿਹਨਤ ਕਰ ਰਹੀ ਹਾਂ ਤਾਂ ਮੈਂ ਪਹੁੰਚ ਹੀ ਜਾਵਾਂਗੀ ਹੁਣ ਮੈਂ ਇਹ ਕਹਿ ਸਕਦੀ ਹਾਂ ਕਿ ਯਾਰ ਚੱਲੇ ਬਾਅਦ ਐਕਚੁਅਲ ਦੇ ਵਿੱਚ ਮੇਰਾ ਇੱਕ ਡ੍ਰੀਮ ਪ੍ਰੋਜੈਕਟ ਹੈ ਮੈਂ ਵੇਟ ਵੀ ਬਹੁਤ ਕੀਤੀ ਔਰ ਇੱਕ ਇੱਕ ਸੱਚਾਈ ਵੀ ਦੱਸਣਾ ਚਾਹੂੰਗੀ ਕਿ ਯਾਰ ਚੱਲੇ ਬਾਅਦ ਦੇ ਚੱਕਰ ਦੇ ਵਿੱਚ ਵੀ ਪੀਟੀਸੀ ਦਾ ਇੱਕ ਪ੍ਰੋਜੈਕਟ ਛੱਡ ਦਿੱਤਾ ਕਿਉਂਕਿ ਇਸ ਵੈਬ ਸੀਰੀਜ਼ ਦੇ ਲਈ ਮੈਨੂੰ 4 ਮਹੀਨੇ ਦੀ ਵੇਟ ਕਰਨੀ ਪਈ ਤਾਂ ਜਦੋਂ ਇਹਨਾਂ ਵੱਲੋਂ ਕਾਲ ਆਈ ਕਿ ਹੁਣ ਸ਼ੂਟ ਸ਼ੁਰੂ ਕਰਨਾ ਉਹਦੀ ਉਧਰੋਂ ਸੀ ਤਾਂ ਮੈਨੂੰ ਐਸੀ ਕਿ ਨਹੀਂ ਕੰਮ ਕਰਨਾ ਤੇ ਟਰਾਲ ਪੰਜਾਬੀ ਨਾਲ ਅਰਬੀ ਸਰ ਨਾਲ ਤੇ ਪੀਡੀਸੀ ਵਾਸਤੇ ਹੋਰ ਆ ਜਾਊਗਾ ਮੌਕਾ ਪਰ ਪਹਿਲਾਂ ਟਰਾਲ ਪੰਜਾਬੀ ਮੈਂ ਜਿਸ ਟਾਈਮ ਸਕੂਲ ਮੈਂ ਸਾਰਿਆਂ ਤੋਂ ਛੋਟਾ ਹੀ ਇੱਥੇ ਹਾਂ ਹਾਂ ਉਹ ਫਿਰ ਦਾੜੀ ਮੁੱਛਾਂ ਛੇਤੀ ਆ ਗਈ ਨਾ ਕੁਝ ਤਾਂ ਕਰਕੇ ਤੇ ਮੈਂ ਸਕੂਲ ਟਾਈਮ 'ਚ ਪੜਦਾ ਹੁੰਦਾ ਸੀ ਉਸ ਟਾਈਮ ਆਈ ਸੀਗੀ ਯਾਰ ਜੀ ਗਰੀ ਕੁ ਸੁੱਤੀ ਡਿਗਰੀ ਤੇ ਉਸ ਟਾਈਮ ਮੈਂ ਥੀਏਟਰ ਕਰਦਾ ਹੁੰਦਾ ਸੀ ਤਾਂ ਮੈਨੂੰ ਵੀ ਆਇਆ ਸੀਗਾ ਵੀ ਯਾਰ ਵੀ ਬਾਈ ਉਹਨਾਂ ਨਾਲ ਜਿਵੇਂ ਵੀ ਹਾਂ ਵੀ ਸਾਡੀ ਵੀ ਚੜ੍ਹਾਈ ਹੋਵੇ ਵੀ ਸਾਡੀ ਵੀ ਐਂ ਗੱਲਾਂ ਕਰਨ ਕਿਉਂਕਿ ਸਾਡੀ ਕਲਾਸ 'ਚ ਸਾਰੇ ਕਿतरी ਮਤਲਬ ਗੱਲਾਂ ਕਰ ਰਹੇ ਸੀ ਜਦੋਂ ਗਾਣਾ ਆ ਗਿਆ ਸੀਗਾ ਫਰਸਟ ਐਪੀਸੋਡ ਆ ਗਿਆ ਸੀ ਵੀ ਹਾਂ ਵੀ ਐਂ ਘੈਂਟ ਪੂਰਾ ਐ ਨਾ ਫੱਟੇ ਚੱਕ ਤੇ ਤਾਂ ਸਾਨੂੰ ਵੀ ਐਂ ਸੀਗਾ ਪਰ ਕਰਦੇ ਕਰਦੇ ਮਤਲਬ ਵੀ ਬਾਈ ਉਹਨਾਂ ਨਾਲ ਗੱਲਬਾਤ ਹੋਈ ਗਈ ਅੱਗੇ ਤਾਂ ਜਿਹੜਾ ਯਾਰ ਜਿਗਰੀ ਕਸੂਤੀ ਡਿਗਰੀ ਦਾ ਸੀਜ਼ਨ 2 ਸੀਗਾ ਉਸ ਚ 6ਵੇਂ ਐਪੀਸੋਡ ਚ ਮੈਂ ਇੱਕ ਚਿੱਟੇ ਦੀ ਪੂੜੀ ਫੜ ਰਿਆ ਹੁੰਨਾ ਲੈਨ ਚ ਤੇ ਮੈਂ ਕਹਾ ਐਨੇ ਖੁਸ਼ੀ ਹੋਈ ਮਤਲਬ ਵੀ ਮੜਾ ਜਿਹਾ ਹੀ ਆਇਆ ਸੀਗਾ ਮੈਂ ਤੇ ਮੈਨੂੰ ਬਹੁਤ ਜਣਿਆਂ ਨੇ ਕਿਹਾ ਵੀ ਬਾ ਯਾਰ ਕੀ ਬਾਤ ਆ ਵੀ ਮੜਾ ਜ ਆ ਗਿਆ ਤੂੰ ਵੀ ਮਤਲਬ ਵੀ ਐਨੀ ਚੜ੍ਹਾਈ ਹੋ ਗਈ ਸੀ ਵੀ ਆਪਣੇ ਆਪ ਚ ਤਾਂ ਸੀਗਾ ਹੌਲੀ ਹੌਲੀ ਵੀ ਬਾਈ ਨਾਲ ਹੋਰ ਗੱਲਬਾਤ ਹੋ ਜੇ ਤਾਂ ਕਰਦੇ ਗਏ ਤਾਂ ਬਾਈ ਨਾਲ ਅੱਜ ਵਧੀਆ ਪਿਆਰ ਪੈ ਗਿਆ ਘਰ ਵਾਲਾ ਹਾਂਜੀ ਆਲੀ ਰਾਬੀ ਜੀ ਕਨਸੈਪਟ ਦੀ ਗੱਲ ਕਰਦੇ ਆ ਆਇਲਸ ਜਾਂ ਜਿਵੇਂ ਆਪਾਂ ਕਹਿੰਨੇ ਆ ਇੱਕ ਕੋਚਿੰਗ ਇੰਸਟੀਚਿਊਟ ਦਾ ਤੁਸੀਂ ਕਿਤੇ ਕਾਲਜ ਤਾਂ ਆਪਾਂ ਦੇਖੀ ਸੀ ਜਿਉਂਿਵਰਸਿਟੀ ਵੀ ਦੇਖੀ ਸੀ ਕਿ ਇੰਨਾ ਗਾਹ ਪੈਂਦਾ ਹੋਇਆ ਕੈਂਟੀਨਾ ਚ ਹਰ ਜਗ੍ਹਾ ਆਇਲਸ ਦੇ ਇੰਸਟੀਚਿਊਟ ਚ ਇੰਨਾ ਗਾਹ ਮੈਨੂੰ ਤੁਹਾਡੇ ਬਾਤ ਨਾ ਸਾਰੇ ਪੰਜਾਬ ਵੱਲ ਇੱਕ ਦਾ ਆਪਣਾ ਇੰਸਟੀਚਿਊਟ ਹੀ ਸਧਾਰਨ ਕੇ ਪਹਿਲਾਂ ਤਾਂ ਨਹੀਂ ਨਹੀਂ ਔਰੇ ਵੱਧ ਗਾਹ ਪੈਂਦਾ ਜੀ ਕਿਉਂਕਿ ਕਾਲਜ ਦੇ ਵਿੱਚ ਤਾਂ ਨਾ ਤੁਹਾਡੇ ਕੋਲੇ ਰੈਗੂਲੇਸ਼ਨਸ ਹੁੰਦੀਆਂ ਨੇ ਤੁਸੀਂ ਕਿਸੇ ਨੂੰ ਡਿਟੇਨ ਕਰ ਸਕਦੇ ਹੋ ਠੀਕ ਹੈ ਇੱਥੇ ਤਾਂ ਤੁਸੀਂ ਜੇ ਮੜਾ ਜਾ ਕਿਸ ਨੂੰ ਕਹੋਗੇ ਉਹਨੇ ਜਦੀ ਕਹੂਗਾ ਮੈਂ ਚੱਲਿਆ ਜੀ ਉਰੇ ਤਾਂ ਤੁਹਾਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਪ੍ਰੋਪਰ ਮੋਸਟਲੀ ਜਿੰਨੇ ਇੰਸਟੀਟਿਊਟਸ ਨੇ 노 ਡਾਊਟ ਹੈਗੇ ਨੇ ਕਾਫੀ ਉਹ ਪਰ ਆਮ ਤੌਰ ਤੇ ਨਾ ਥੋੜੀ ਖੁੱਲ੍ਹ ਹੁੰਦੀ ਹੈ ਵੀ ਜਿਹੜਾ ਓਨਰ ਹੁੰਦਾ ਕਹਿੰਦਾ ਵੀ ਅੜਾ ਇੰਨਾ ਸਟ੍ਰਿਕਟ ਨਾ ਰਹੇ ਉਹ ਬੱਚਿਆਂ ਦੇ ਨਾਲ ਵੀ ਕੋਈ ਗੱਲ ਨਹੀਂ ਜੇ ਨਹੀਂ ਪੜਦੇ ਹੈਗੇ ਆਪਾਂ ਨੂੰ ਵੀ ਆਪਾਂ ਫੀਸ ਫਲੇ ਨਹੀਂ ਰਹਿਣੇ ਹਨਾ ਚੱਲੀ ਜਾਊਗਾ ਮੈਂ ਸੋ ਐ ਕਰਕੇ ਇੱਥੇ ਤਾਂ ਮਾਹੌਲ ਜ਼ਿਆਦਾ ਭਖਦਾ ਜ ਕਾਲਜ ਦਾ ਡਰ ਹੁੰਦਾ ਨਾ ਜੀ ਵੀ ਕਿ ਜਿਸ ਡਿਸਟ੍ਰਿਕਟੇ ਜੂਰੇ ਦਾ ਵਧੀਆ ਕੰਟੈਂਟ ਜਾਦਾ ਹੀ ਹੈ ਜੀ ਉਹਦੇ ਨਾਲ ਕੀ ਬਾਤ ਇਸ ਦੇ ਨਾਲ ਹੀ ਜਦੋਂ ਤੁਹਾਡਾ ਆਪਾਂ ਟ੍ਰੇਲਰ ਵੀ ਦੇਖਦੇ ਆ ਉਹਦੇ ਵਿੱਚ ਸਾਰੇ ਕਿਰਦਾਰਾਂ ਦੀ ਨਾ ਇੱਕ 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 ਆਦਤ ਬੜੀ ਸੋਹਣੀ ਨਿਕਲ ਕੇ ਬਾਹਰ ਆਂਦੀ ਹੈ ਪਰ ਜਿਹੜਾ ਮੇਨ ਫੋਕਸ ਹੈ ਉਹ ਸਾਰਿਆਂ ਦਾ ਬਾਅਰ ਜਾਣ ਤੇ ਇੱਕ ਦੌਰ ਸੀਗਾ ਪੰਜਾਬ 'ਚ ਜਿਵੇਂ ਤੁਸੀਂ ਥੋੜੇ ਬਹੁਤ ਛੋਟੇ ਵੀ ਹੋ ਪਰ ਮੈਂ ਤੁਸੀਂ ਸੁਣਿਆ ਜ਼ਰੂਰ ਹੋਣਾ ਗਾਣੇ ਆਉਂਦੇ ਸੀ ਬੱਬੂ ਮਾਨ ਜੀ ਦੇ ਉਹ ਗਾਣਿਆਂ 'ਚ ਉਹ ਵੀ ਆਹੀ ਚੀਜ਼ ਕਹਿੰਦੀ ਸੀ ਕਿ ਪਤਾ ਨਹੀਂ ਬਾਹਰ ਕੀ ਰੱਖਿਆ ਸਾਰੀ ਕੁਆਰੀਆਂ ਵੀ ਬਾਹਰ ਭੱਜ ਰਹੀਆਂ ਸੀ ਪਿੱਛੇ ਰਹਿ ਗਏ ਹਨਾ ਤੇ ਅੱਜ ਕੱਲ ਤਾਂ ਮੁੰਡੇ ਵੀ ਬਾਹਰ ਜਾਣ ਨੂੰ ਵੱਧ ਦਲੇਰ ਹੋਏ ਪਏ ਕਿ ਬਾਹਰ ਜਾਣਾ ਹੈ ਹਨਾ ਤੇ ਇੱਕ ਇਹੋ ਜਿਹਾ ਦੌਰ ਹੁੰਦੋਂਵਾਂ 'ਚ ਕੋ ਤੁਬਾਰਾ ਹੁਣ ਸਾਰੇ ਬਾਰ ਜਾਣਤੇ ਹੋ ਗਏ ਆਇਲਸ ਕਰਨਤੇ ਹੋ ਗਏ ਕਿ ਬਸ ਬਾਰ ਵਗ ਜੀ ਇੱਕ ਵਾਰੀ ਹੈਨਾ ਰਵੀ ਜੀ ਇਦਾਂ ਤਾਂ ਕੀ ਤੁਸੀਂ ਹੁਣ ਇੰਨੇ ਸਟੂਡੈਂਟਸ ਨਾਲ ਵੀ ਰਹਿਨੇ ਹੋ ਹੈਨਾ ਇਹਨਾਂ ਨੂੰ ਅਕਾਸਟ ਵੀ ਕਰਦੇ ਹੋ ਅੱਗੇ ਤੁਹਾਨੂੰ ਕੀ ਲੱਗਦਾ ਆਪਣੀ ਪੰਜਾਬ ਦੀ ਜਿਹੜੀ ਯੂਥ ਹੈਗਾ ਆ ਬਾਰ ਨੂੰ ਹਲੇ ਵੀ ਕਿਉਂ ਭੱਜਦਾ ਦੇਖੋ ਹਰ ਇੱਕ ਜਾਣਦਿਆਂ ਕੋਈ ਬੇਸਿਕ ਲੋੜਾਂ ਹੁੰਦੀਆਂ ਨੇ ਹੈਨਾ ਹਰ ਇੱਕ ਨੂੰ ਹੁੰਦਾ ਵੀ ਆਪਾਂ ਜਲਦੀ ਸਕਸੈਸਫੁਲ ਹੋਈਏ ਜਲਦੀ ਪੈਸਾ ਆਵੇ ਜਲਦੀ ਵੀ ਚਲੋ ਜੋਬ ਹੀ ਮਿਲ ਜੇ ਹੋਰ ਤਾਂ ਕੀ ਹੈ ਉਰੇ ਬੇਸਿਕਲੀ ਆਪਾਂ ਨੂੰ ਜੋਬਸ ਵਗੈਰਾ ਥੋੜੀ ਘੱਟ ਨਹੀਂ ਗਈਆਂ ਤੁਸੀਂ ਕੋਈ ਐਡੀ ਗੱਲ ਨਹੀਂ ਹੈਗੀ ਜੀ ਵੀ ਬਾਹਰ ਜਾਣਾ ਮੈਨੂੰ ਜੋ ਲੱਗਦਾ ਪਰਸਨਲੀ ਆਪਾਂ ਵੀ ਬਾਹਰੋਂ ਹੀ ਆਏ ਹੋਇਆ ਜੀ ਆਪਣਾ ਵੀ ਕੋਈ ਇੰਡੀਆ 'ਚ ਨਹੀਂ ਹੈਗਾ ਮੈਂ ਪਤਾ ਨਹੀਂ ਅੱਜ ਤੋਂ ਥੋੜੇ ਚਾਰ ਪਹਿਲਾਂ ਦੇਖੀ ਸੀ ਕਿ ਡਾਕੂਮੈਂਟਰੀ ਵੀ ਆਪਣੇ ਜਿਹੜੀ ਆ ਕੌਮ ਹੈ ਵੀ ਆਪਾਂ ਵੀ ਇੱਕ ਪਾਕਿਸਤਾਨ ਸਾਈਡ ਤੋਂ ਕਿਸੇ ਵਸੇ ਹੋਏ ਆਂ ਉਹਰੇ ਆ ਕੇ ਆਪਣਾ ਕੋਈ ਪੁਰਾਣਾ ਕੋਈ ਉਹ ਨਹੀਂ ਹੈਗਾ ਤਾਂ ਮਤਲਬ ਕਿ ਆਪਣੇ ਵੀ ਪਹਿਲਾਂ ਉੱਥੇ ਪ੍ਰੋਆਇਲਟਸ ਨਹੀਂ ਸੀ ਹੁੰਦੀ ਆਈਆਂ ਆ ਗਏ ਸੀਗੇ ਇਹ ਕਰਕੇ ਹੁਣ ਵੀ ਕੋਈ ਐਡਾ ਕੋਈ ਚੱਕਰ ਨਹੀਂ ਜੀ ਜੇ ਤੁਹਾਨੂੰ ਜਾਣਾ ਪੈ ਰੇ ਤਾਂ ਆਮ ਹੈਗਾ ਜੀ ਆਪਣੇ ਆਏ ਸੀ ਕਿ ਆਪਾਂ ਜਾ ਰਹੇ ਹਾਂ ਕਿਤੇ ਜੇ ਲੋਡ ਪੈ ਰਹੀ ਆ ਜਾਓ ਜੇ ਉਰੇ ਤੁਹਾਨੂੰ ਅਸੀਂ ਤਾਂ ਬੈਠੇ ਆ ਅਸੀਂ ਤਾਂ ਕਿਹੜਾ ਆਪ ਤਾਂ ਨਹੀਂ ਜਾ ਰਹੇ ਹੈਗੇ ਸਾਨੂੰ ਜੌਬਸ ਮਿਲ ਰਹੀਆਂ ਨੇ ਅਸੀਂ ਆਪਣਾ ਕਰ ਰਹੇ ਹਾਂ ਕੰਮ ਤਾਂ ਬਸ ਗੱਲ ਤਾਂ ਉਹੀ ਆ ਜੀ ਐਡਾ ਕੋਈ ਬਾਲਾ ਉਹ ਚੱਕਰ ਨਹੀਂ ਹੈਗਾ ਜੀ ਐਨਾ ਇਹਨੂੰ ਦਿਲ ਤੇ ਨਹੀਂ ਲੈਣਾ ਚਾਹੀਦਾ ਗੱਲ ਨੂੰ ਬਿਲਕੁਲ ਮੈਨੂੰ ਲੱਗਦਾ ਹੈ ਬਹੁਤ ਲਾਈਟ ਹਾਰਟਡ ਕਰਤਾ ਇਹਨਾਂ ਨੇ ਕੌਨਸੇ ਟਿਪਸ ਇਸ ਤੋਂ ਬਾਅਦ ਕੋਈ ਇਸ ਚੀਜ਼ ਤੇ ਕੁਐਸਚਨ ਨਹੀਂ ਕਰੂਗਾ ਹੁਣ ਆਪਾਂ ਸਾਰੇ ਸਟਾਰ ਕਾਸਟ ਨਾਲ ਟ੍ਰੇਲਰ ਦੀ ਕੁਝ ਹੋਰ ਗੱਲਾਂ ਕਰਾਂਗੇ ਇੱਕ ਮੈਂ ਨਾ ਇੱਕ ਉਹ ਹੈਰੀ ਦੇਖਿਆ ਸੀ ਕੁਝ ਜਿਹੜਾ ਆ ਕਹ ਆਏ ਨਾ ਕਰੋ ਭਾਈ ਜੀ ਤੁਸੀਂ ਸਾਡੇ ਬਿਜ਼ਨਸ ਤੇ ਵੀ ਵੈਬ ਸੀਰੀਜ਼ ਵਾਲੇ ਬਿਜ਼ਨਸ ਤੇ ਵੀ ਬਹੁਤ ਧੱਕਾ ਕਰ ਰਹੇ ਹੋ ਐਡ ਨਾ ਸਕਿਪ ਕਰੋ ਬਟ ਉਹ ਐਡ ਸਕਿਪ ਕਰਨ ਵਾਲਾ ਤਰੀਕਾ ਮੈਨੂੰ ਇੱਕ ਵਾਰੀ ਕਰਕੇ ਦਿਖਾ ਦਿਓ ਬੈਠ ਨਾਲ ਹੀ ਹੈ ਜੀ ਉਹ ਐਡ ਸਕਿਪ ਜਿਆਦਾ ਵਾਰੀ ਹੋ ਗਈ ਸੀ ਤੇ ਉਹਦਾ ਇੱਕ ਮਤਲਬ ਟੇਕ ਲੱਗਿਆ ਹੋਇਆ ਜਿਹੜਾ ਟ੍ਰੇਲਰ ਦੇ ਵਿੱਚ ਲੱਗਿਆ ਪਰ ਜਦੋਂ ਟੇਕਸ ਲੈ ਰਹੇ ਸੀ ਉਦੋਂ ਵੀਰੇ ਮੇਰੇ ਦੇ ਕਾਫੀ ਵਾਰ ਮਤਲਬ ਤੱਪੜ ਮਾਰਨਾ ਪਿਆ ਮੈਨੂੰ ਵੀ ਖੁਦ ਨੂੰ ਚੰਗਾ ਲੱਗਦਾ ਪਰ ਥੋੜਾ ਰੀਅਲ ਬਣਾਉਣ ਵਾਸਤੇ ਮਾਰਨਾ ਪੈਂਦਾ ਹੈ ਨਾ ਵੀ ਸ਼ਾਟ ਵਧੀਆ ਆ ਜੇ ਇਸ ਕਰਕੇ ਜਦੋਂ ਫਿਰ ਵੀਰ ਜੀ ਆਪਣੀ ਇੰਟਰੋਡਕਸ਼ਨ ਦਿੰਦੇ ਨੇ ਤਾਂ ਮਤਲਬ ਹੈਰੀ ਆ ਕੇ ਪਿੱਛੋਂ ਮਾਰਦਾ ਉਦੋਂ ਕਹਿੰਦਾ ਵੀ ਬਸ ਬਹੁਤ ਹੋ ਗਿਆ ਐਡਸ ਸਕਿਪ ਕੀਤੇ ਮੈਂ ਤਾਂ ਕਰਕੇ ਲੱਗਦੀ ਵੀ ਬਹੁਤ ਦੇਖਿਆ ਟ੍ਰੇਲਰ ਜੇ ਪੂਰਾ ਜਿਵੇਂ ਪੰਜਾਬੀ ਗੱਭਰੂ ਵਾਲਾ ਇਹਨਾਂ ਦਾ ਮੂਡ ਹੈ ਪੂਰਾ ਤੁਸੀਂ ਰੀਅਲਿਟੀ 'ਚ ਵੀ ਇਹੋ ਜਿਹੇ ਹੋ ਹਾਂ ਹੀ ਲਗਭਗ ਲਾਸਟ ਲੜਾਈ ਆਪਣੀ ਮਤਲਬ ਆਪਣੀ ਲਾਈਫ 'ਚ ਜੁੜੀ ਹੁਣ ਲਾਸਟ ਲੜਾਈ ਕੀਤੀ ਹੈ ਕਾਲਜਾਂ 'ਚ ਉਹ ਕਾਦੇ ਲਈ ਕੀਤੀ ਕੁੜੀ ਪਿੱਛੇ ਕੀਤੀ ਸੀ ਕਿ ਆਪਣੇ ਪਿੱਛੇ ਕੀਤੀ ਸੀ ਨਹੀਂ ਸੱਚ ਸਦਾ ਇੱਜ ਤੱਕ ਕੋਈ ਲੜਾਈ ਹੋਈ ਨਹੀਂ ਮੇਰੀ ਲੜਾਈ ਤੋਂ ਦੂਰ ਹੀ ਰਹੇਂ ਕਰਕੇ ਦੇਖ ਲੈਗੇ ਦੇਖ ਲਾਂਗੇ ਬਹੁਤ ਸੋਹਣੀ ਤੁਸੀਂ ਮਾਈਕ ਆਪਣੇ ਆਪ ਚ ਪਾਸ ਕਰ ਹਾਂਜੀ ਹਾਂ ਬਹੁਤ ਸੋਹਣੀ ਚੀਜ਼ ਜਿਹੜੀ ਪਟਿਆਲੇ ਤੋਂ ਤੁਸੀਂ ਦਿਖਾਈ ਹੈ ਜਿਹੜਾ ਦੇਖ ਕੇ ਰੂਹ ਖੁਸ਼ ਹੋ ਗਈ ਜਿਵੇਂ ਆਪਾਂ ਬਾਹਰ ਰਹਿੰਦੇ ਆ ਮੈਂ ਲੁਧਿਆਣੇ ਦੀ ਆ ਮੈਂ ਚੰਡੀਗੜ੍ਹ ਰਹੀ ਆ ਬਟ ਇੱਕ ਚੀਜ਼ ਜਿਹੜੀ ਪਟਿਆਲੇ ਬਾਰੇ ਬਹੁਤ ਜ਼ਿਆਦਾ ਸੁਣਦੇ ਸੀ ਨਾ ਯੂਨੀਵਰਸਿਟੀ ਤੋਂ ਬਾਅਦ ਉਹ ਸੀਗਾ VIPS ਉਹ ਜਿਹੜੇ ਸੀ ਜਿਹੜੇ ਮੇਰੇ ਦੋਸਤ ਸੀ ਕਿ ਉਸ ਟਾਈਮ ਕਾਲਜ ਟਾਈਮ ਆ ਚਿੱਕੋ ਚੀਜ਼ ਕਹਿੰਦੇ ਸੀ ਕਿ ਤੂੰ ਪਟਿਆਲੇ ਜਾਏਂਗੀ ਵਾਈਪੀਐਸ ਦੇ ਪਰ ਗੇੜਾ ਮਾਰ ਕੇ ਜਰੂਰ ਆਈ ਤੈਨੂੰ ਅੱਧੀ ਮੰਡੀਰ ਸ਼ਹਿਰ ਵੀ ਉੱਥੇ ਹੀ ਦਿਖੂ ਵਾਈਪੀਐਸ ਦੇ ਪੜਿਆ ਹੋਇਆ ਕੋਈ ਇੱਥੇ ਹਾਂਜੀ ਵਾਈ ਨੀ ਨੀ ਮਤਲਬ ਮੈਂ ਸੱਚੀ ਪੁੱਛ ਨਹੀਂ ਸੱਚੀ ਜੀ ਵੀ ਪੜਿਆ ਹੋਇਆ ਨਹੀਂ ਉੱਥੇ ਅੱਛਾ ਛੱਡ ਲਿਆ ਬਾਤ ਹੈ ਕੀ ਬਾਤ ਇਹਨਾਂ ਨੇ ਇੱਕ ਵਾਰੀ ਮਾਈਕ ਹਾਂਜੀ ਵਾਈਪੀਐਸ ਵਾਲਿਓ ਮੈਂ ਸੋਈ ਪੜ੍ਹ ਕੇ ਵਾਲਿਓ ਬਹੁਤ ਹਾਸ ਰਹਿ ਰਹੇ ਹੈ ਪਟਿਆਲੇ ਬਾਕੀਆਂ ਨੂੰ ਕੁਝ ਨਹੀਂ ਨਹੀਂ ਇਹ ਨਾ ਪਤਾ ਨਹੀਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਤਾਂ ਨਹੀਂ ਕੋਈ ਸਾਇੰਟੀਫਿਕਲੋ ਨਹੀਂ ਕੋਈ ਉਹ ਕਹਲੋ ਸੱਚੀ ਗੱਲ ਪਾ ਸਾਡੇ ਨਾਲ ਬਾਈਪਸਾਂ ਦੀ ਬੌਂਡਿੰਗ ਇਹ ਜੀ ਆ ਨਾ ਮੇਰੇ ਦੋਸਤ ਬੈਠੇ ਨੇ ਕੈਨੇਡਾ ਮੈਨੂੰ ਫੋਨ ਕਰੂਗਾ ਕਿ ਯੂ ਵੀ ਯਾਰ ਆਪਣੇ ਨਾਲ ਯਾਰ ਮਾਤੀ ਬਹੁ ਮਿਲਦੀ ਆ ਮਤਲਬ ਸਾਡੇ ਨਾਲ ਹਰ ਇੱਕ ਚੀਜ਼ ਤੇ ਜੋ ਕੋਈ ਸ਼ੌਂਕ ਨੇ ਕਿਤੇ ਘੁੰਮਣ ਜਾਣਾ ਖਾਣ ਪੀਣ ਦਾ ਇਹਨਾਂ ਮਿਲਦਾ ਮੇਰੇ ਵੀ ਕਾਲਜ ਵਾਲੇ ਬਹੁਤ ਵਧੀਆ ਫਰੈਂਡ ਨੇ ਚਲ ਦੇਖਣਗੇ ਉਹਦੇ ਗਾਣੇ ਕੱਢਣ ਵਿੱਚ ਨਹੀਂ ਸਾਰੇ ਨਾਲ ਬਹੁਤ ਵਧੀਆ ਬੰਦੀ ਆ ਪਰ ਵਾਈਪੀਐਸ ਨਾਲ ਇੱਕ ਮਤ ਬਹੁਤ ਮਿਲਦੀ ਆ ਤੇ ਕਈ ਲੋਕਾਂ ਨੇ ਲੱਗਦਾ ਵੀ ਜੇ ਅਸੀਂ ਦੂਜਿਆਂ ਨੂੰ ਉਹ ਨਹੀਂ ਕਰਦੇ ਹੈਗੇ ਵੀ ਯਾਤ ਹਵਾ ਵਾਲੇ ਨੇ ਇਹ ਸਮਝ ਸਕਦੇ ਹੋ ਕਿ ਜੇ ਆਪਾਂ ਆਪਸ ਵਿੱਚ ਬੌਂਡਿੰਗ ਵਧੀਆ ਅਸੀਂ ਕਿਸੇ ਦੂਜਿਆਂ ਨੂੰ ਉਹ ਕਰਦੇ ਨਹੀਂ ਹੈਗੇ ਤਾਂ ਕਰਕੇ ਲੋਕਾਂ ਨੇ ਲੱਗਦਾ ਭਲੇਖਾ ਬਾਕੀ ਮੈਨੂੰ ਲੱਗਦਾ ਵਾਈਪੀਐਸ ਵਾਲਿਆਂ ਨੇ ਫੁਕਰੇ ਫਕਰੇ ਹੈ ਨਹੀਂਗੇ ਬਸ ਵਧੀਆ ਨੇ ਹੀ ਵਧੀਆ ਨੇ ਤਕਰੀ ਕਰਦੇ ਹੋ ਸਾਰੇ ਇਸ ਕਾਲ ਚ ਹਾਂਜੀ ਨਹੀਂ ਹੈਗੇ ਉਹਦਾ ਗੱਲ ਬਣੀ ਨਹੀਂ ਕਿਸੇ ਦਾ ਕੋਈ ਐਕਸਪੀਰੀਅੰਸ ਹੈ ਉਹ ਕਿਸੇ ਵਾਈਪੀਐਸ ਵਾਲੇ ਬੰਦੇ ਸਟਾਇਲ ਦਿਨ ਅਲ ਰਿਡ ਨਹੀਂ ਗੰਦਾ ਤਾਂ ਨਹੀਂ ਬਟ ਡੈਫੀਨਿਟਲੀ ਮਤਲਬ ਉਹਨਾਂ ਚ ਇੱਕ ਜ਼ਿਆਦਾ ਬ੍ਰਦਰਹੂਡ ਹੁੰਦਾ ਤੇ ਥੋੜਾ ਜਿਹਾ ਉਹ ਤੇ ਹੁੰਦਾ ਹੀ ਹੈ ਕਿ ਅਸੀਂ ਥੋੜੇ ਜ਼ਿਆਦਾ ਕੂਲ ਨਾ ਬਾਕੀਆਂ ਤੋਂ ਇਹ ਵੀਪੀਐਸ ਮੋਹਾਲੀ ਵਾਲਿਆਂ ਚ ਵੀ ਹੈ ਸੋ ਹਾਂ ਜਿੱਦੇ ਮੁੰਡੇ ਬੈਠੇ ਪਟਿਆਲੇ ਦੀ ਵੀਪੀਐਸ ਇੱਕ ਸੀ ਕੁੜੀ ਨਾਲ ਬਾ ਪਿਆ ਹੋਏ ਗਏ ਕੁੜੀਆਂ ਨਾਲ ਘੱਟ ਹੀ ਬੰਦਾ ਵਾ ਇੱਥੇ ਮੁੰਡਿਆਂ ਦਾ ਕਿਸੇ ਕੁੜੀ ਨਾਲ ਮਾਂ ਨਹੀਂ ਪਿਆ ਨਾਂ ਜੱਜ ਤੱਕ ਦਾ ਨਹੀਂ ਤੁਸੀਂ ਇਹਨਾਂ ਨੂੰ ਪ੍ਰੋਪੋਜ਼ ਕਰਕੇ ਦਿਖਾ ਦੇਣਾ ਕੌਣ ਸੇੜੇ ਸੇੜੀ ਜਾਣੂ ਨਾ ਨਾ ਰੱਬ ਚਾਹੁੰਦਾ ਫਰਨੀਚਰ ਨੂੰ ਵੇਚ। ਅਗੋਂ ਤਾਂ ਵੀ ਹੈਗਾ ਤਾਂ ਰਿਸਟ੍ਰੀਟ ਦਾ। ਸਭ ਤੋਂ ਸੋਹਣੇ ਆਪਣੀ ਵਿੱਚ ਕਿਸੇ ਹੋਰ ਵਿੱਚ ਸਾਡੇ ਆਪਣੇ ਵਿੱਚ ਦੇਖਣਾ। ਐਵੇਂ ਲੱਗਦਾ ਪੰਜਾਬੀਆਂ ਨੂੰ ਟੈਕ ਡਾਇਲਗ ਹੈ ਪਾਪੀ। ਕਰਨਾ ਜੀ। ਮਣੀ ਆਈ ਲਵ ਯੂ ਜੀ ਕੀ ਬਾਤ ਹੈ ਸਿੱਧਾ ਹੀ ਲਵ ਯੂ ਤੇ ਪਹੁੰਚ ਗਏ ਤੁਸੀਂ ਬਹੁਤ ਵਧੀਆ ਇੱਕ ਵਾਰੀ ਮੈਨੂੰ ਮਾਈਕ ਬੋਤ ਹੀ ਸੋਹਣੀ ਸਟਾਰ ਕਾਸਟ ਹੈ ਮਨ ਨਾਲ ਹੋਰ ਗੱਲਾਂ ਬਾਤਾਂ ਕਰਾਂ ਰਵੀ ਜੀ ਇੱਕ ਚੀਜ਼ ਜਿਹੜੀ ਅਸੀਂ ਨਾ ਟ੍ਰੇਲਰ ਦੇ ਥੱਲੇ ਵੀ ਕਮੈਂਟਾਂ ਚ ਪੜਦੇ ਸੀਗੇ ਉਹ ਮੈਂ ਯਾਰ ਜਗਰੀ ਡਿਗਰੀ ਡਿਗਰੀ ਦੇ ਸਕੂਤੀ ਡਿਗਰੀ ਦੇ ਸੈਕਿੰਡ ਸੀਜ਼ਨ ਟਾਈਮ ਵੀ ਪੜਦੀ ਹੁੰਦੀ ਸੀ ਤੇ ਇੱਕ ਚੀਜ਼ ਜਿਹੜੀ ਇਹਨਾਂ ਦੀ ਬੜੀ ਆਈਕੋਨਿਕ ਹੈ ਨਾ ਆ ਜਿਹੜਾ ਵੀ ਪਲੋਟ ਫੜ ਲੈਂਦੇ ਆ ਨਾ ਉਹਦੇ ਨੇੜੇ ਤੇੜਾ ਦਾ ਸਭ ਕੁਝ ਬਹੁਤ ਸੋਹਣੇ ਤਰੀਕੇ ਨਾਲ ਬਾਹਰ ਕੱਢ ਕੇ ਲਿਆਉਂਦੇ ਫੋਰ ਏਗਜ਼ਾਮਪਲ ਪਟਿਆਲੇ ਦੀ ਗੱਲ ਕਰ ਲਈ ਆਪਾਂ ਕਿਸੇ ਵੀ ਚੀਜ਼ ਦੀ ਗੱਲ ਕਰ ਲਈਏ ਟ੍ਰੇਲਰ ਚ ਵੀ ਨਾ ਛੋਟੇ ਜਿਹੇ ਟ੍ਰੇਲਰ ਚ ਮੈਨੂੰ ਨਹੀਂ ਲੱਗਦਾ ਨੇ ਨੇ ਪਟਿਆਲੇ ਦਾ ਕੁਝ ਵੀ ਛੱਡਿਆ ਹੋਣਾ ਤੇ ਜਿਹੜਾ ਇੱਕ ਮਤਲਬ ਅਸੀਂ ਵੀ ਬਾਤ ਤੁਸੀਂ ਵੀ ਬਹੁਤ ਲੁੱਕੀ ਬਾਹਰੋਂ ਆਏ ਹੋਣੇ ਉਹਨੇ ਨੇ ਇੱਕ ਇੱਕ ਚੀਜ਼ ਉਹਦੇ ਵਿੱਚ ਕਵਰ ਕੀਤੀ ਹੈ ਤੇ ਇੱਡੀ ਸੋਨੀ ਸਟਾਰ ਕਾਸਟ ਵੀ ਉਹਦੇ ਵਿੱਚ ਪੂਰੀ ਲੈ ਕੇ ਆਇਓ ਆ ਸਟਾਰ ਕਾਸ ਕਿੱਥੋਂ ਇਕੱਠੀ ਹੋਈ ਸੀ ਇਹ ਸਟਾਰ ਕਾਸ ਨੂੰ ਮੈਂ ਦੱਸ ਦਿੰਦਾ ਜੀ ਮਤਲਬ ਜੀ ਨੂੰ ਤਾਂ ਮੈਂ ਸਭ ਤੋਂ ਪਹਿਲਾਂ ਤੋਂ ਜਾਣਦਾ ਜੀ ਉਹ ਹੈਗਾ ਗੋਪੀ ਗੈਵੀ ਗੋਪੀ ਗੈਵੀ ਗੋਪੀ ਕਹਿੰਦੇ ਨੇ ਗੈਵੀ ਗੈਵੀ ਤੇ ਇਹਦੇ ਨਾਲ ਅਸੀਂ ਇੱਕ ਵੈਬ ਸੀਰੀਜ਼ ਕੀਤੀ ਸੀ ਹਿੱਟ ਸਿੰਗਰ ਹਾਊ ਟੂ ਬਿਕਮ ਅ ਹਿੱਟ ਸਿੰਗਰ ਉਹਦੇ ਜਿਹਦਾ ਕੈਰੈਕਟਰ ਸੀਗਾ ਉਹ ਕੱਟਿਆ ਗਿਆ ਸੀਗਾ ਤੇ ਉਹ ਤੋਂ ਬਾਅਦ ਅਸੀਂ ਯਾਰ ਜਿਗਰੀ ਸੀਜ਼ਨ 3 ਦੇ ਵਿੱਚ ਵੀ ਇਹਦਾ ਇੱਕ ਅਸੀਂ ਸੀਨ ਕੀਤਾ ਸੀਗਾ ਛੋਟਾ ਜਿਹਾ ਤੇ ਉਹਦੇ ਵਿੱਚ ਵੀ ਇਹ ਹੈਗਾ ਮੈਨੂੰ ਮਤਲਬ ਕਿ ਇੱਕ ਗੋਪੀ ਮਤਲਬ ਕਿ ਇਹੋ ਜਿਹਾ ਸੀਗਾ ਵੀ ਜਿਹੜਾ ਜਦੋਂ ਮੈਂ ਸ਼ੋਅ ਲਿਖ ਰਿਹਾ ਸੀਗਾ ਤਾਂ ਇਹ ਤਾਂ ਸੀਗਾ ਵੀ ਗੈਵੀ ਨੂੰ ਤਾਂ ਆਪਾਂ ਦੇਣਾ ਹੀ ਆ ਕੋਈ ਨਾ ਕੋਈ ਕਿਉਂਕਿ ਮੈਨੂੰ ਇਹਦਾ ਨੇਚਰ ਕਹਿ ਲਓ ਐਕਟਿੰਗ ਕਹਿ ਲਓ ਡੈਡੀਕੇਸ਼ਨ ਕਹਿ ਲਓ ਉਹ ਮੈਨੂੰ ਬਹੁਤ ਵਧੀਆ ਲੱਗਦੀ ਸੀ ਤੇ ਮੈਨੂੰ ਪਸੰਦ ਵੀ ਐਵੇਂ ਦੇ ਲੋਕਾਂ ਨਾਲ ਕੰਮ ਕਰਨਾ ਬਹੁਤ ਹੈ ਵੀ ਜਿਹੜੇ ਆਪਣਾ 100% ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਬਾਕੀ ਤਾਂ ਸਾਰੇ ਮੈਨੂੰ ਲੱਗਦਾ ਆਨਲਾਈਨ ਅਸੀਂ ਕੀਤਾ ਸੀਗਾ ਜਿਹੜਾ ਪਾਇਆ ਸੀਗਾ ਵੀ ਅਸੀਂ ਕਾਸਟਿੰਗ ਕੀਤੀ ਹੈ ਜੋ ਦਾ ਵੀ ਮੈਂ ਤਾਂ ਦਾ ਇਹਨਾਂ ਦਾ ਵੀ ਆਡੀਸ਼ਨ ਆਨਲਾਈਨ ਆਇਆ ਅੱਛਾ ਤੇ ਮੈਨੂੰ ਆਨਲਾਈਨ ਮਿਲੇ ਇਹਨਾਂ ਨੇ ਆਡੀਸ਼ਨ ਦਿੱਤਾ ਤੇ ਵੀ ਆਲਮੋਸਟ ਮੈਨੂੰ ਲੱਗਦਾ ਸੀ ਦੇਖ ਕੇ ਲੱਗ ਗਿਆ ਸੀ ਮੈਂ ਕਿਹਾ ਇਹਨਾਂ ਦਾ ਆਪਣਾ ਵੀ ਹੋਏ ਜਾਏਗਾ ਵੀ ਇਹਨਾਂ ਦੇ ਨਾਲ ਹਨਾ ਵੀ ਵੀ ਕਿਉਂਕਿ ਐਕਟ ਇਹਨਾਂ ਦਾ ਮਨੋਲੋਗ ਵੀ ਅੱਛਾ ਸੀਗਾ ਤੇ ਉਦਾਂ ਵੀ ਕੰਮ ਇਹਨਾਂ ਦਾ ਅੱਛਾ ਸੀਗਾ ਅਰਸ਼ ਦਾ ਸੀਗਾ ਵੀ ਸਾਨੂੰ ਕਰੈਕਟਰ ਸਭ ਤੋਂ ਲਾਸਟ ਮੈਨ ਲੱਗਦਾ ਅਰਸ਼ ਦਾ ਹੋਇਆ ਕਿਉਂਕਿ ਸਾਨੂੰ ਚਾਹੀਦੀ ਸੀ ਇੱਕ ਕੁੜੀ ਜੋ ਵੀ ਥੋੜਾ ਜਿਹਾ ਵੀ ਗਰੀਬ ਜੀ ਲੱਗੇ ਸ਼ਾਇ ਜੀ ਲੱਗੇ ਹਨਾ ਵੀ ਗਰੀਬ ਲੱਗੇ ਜਾਂਦਾ ਫੈਸਲਾ ਵੀ ਮਤਲਬ ਵੀ ਥੋੜਾ ਜਿਹਾ ਵੀ ਉਹ ਕਹਿ ਲਓ ਤੁਸੀਂ ਵੀ ਲੁੱਕ ਹਨਾ ਕਹਿ ਲਓ ਤੁਸੀਂ ਐ ਤਾਂ ਦੇਖੋ ਤੁਸੀਂ ਤਾਂ ਲੁੱਕ ਲੱਗਦੀ ਆ ਤਾਂ ਪੂਰੇ ਐਮ ਵਿੱਚ ਮੈਨੂੰ ਇਹ ਲੁੱਕ ਜੀ ਸਿੱਕ ਚਾਹੀਦੀ ਸੀ ਮੈਨੂੰ ਸਵੀਟ ਜੀ ਵੀ ਤਰਸ ਜਾਜ ਜੀ ਨੂੰ ਦੇਖ ਕੇ ਹਨਾ ਤਾਂ ਇਹਨਾਂ ਦੇ ਤਰਸ ਬਹੁਤ ਆਉਂਦਾ ਜੀ ਜਿਵੇਂ ਡਿੰਪਲ ਜਾਂ ਬੰਦੇ ਤਰਸ ਜਾ ਆ ਜਾਂਦਾ ਜੀ ਹਨਾ ਤਾਂ ਐ ਕਰ ਕਿਉਂਕਿ ਸਿੰਪਾਥੀ ਸਿੰਪਾਥੈਟਿਕ ਜਿਹਾ ਕਰੈਕਟਰ ਤਾਂ ਇਹ ਇਹਨਾਂ ਦਾ ਆਡੀਸ਼ਨ ਹਰਮੀਤ ਸਰ ਦੇ ਥਰੂ ਮਿਲੇ ਸਾਨੂੰ ਇਹ ਜੋ ਸਾਡੇ ਕਾਸਟਿੰਗ ਡਾਇਰੈਕਟਰ ਨੇ ਲਾੜੀ ਉਹਨਾਂ ਨੇ ਮਿਲੇ ਤੇ ਚੇਸ਼ਟਾ ਵੀ ਆਨਲਾਈਨ ਇਹ ਯਾਰ ਜਿਗਰੀ ਦੇ ਲਈ ਆਡੀਸ਼ਨ ਦੇ ਕੇ ਗਏ ਸੀਗੇ ਜੀ ਉਦੋਂ ਤਾਂ ਬਣਿਆ ਨਹੀਂ ਫਿਰ ਹੁਣ ਬਣ ਗਿਆ ਤੇ ਨਫਕਿਰਨ ਨੂੰ ਵੀ ਮਤਲਬ ਪਤਾ ਸੀ ਥੀਏਟਰ ਦੇ ਮੈਨੂੰ ਪਰਸਨਲੀ ਮੈਂ ਖੁਦ ਹੁੰਦਾ ਵੀ ਥੀਏਟਰ ਦੇ ਜਿਹੜੇ ਆਪਣੇ ਪੰਜਾਬੀ ਯੂਨੀਵਰਸਿਟੀ ਚ ਪੜ੍ਹੇ ਆ ਜਾਂ ਥੀਏਟਰ ਦੇ ਬੰਦੇ ਹੋਣ ਤਾਂ ਇਹ ਥੀਏਟਰ ਦੇ ਨਾਲ ਜੁੜੇ ਹੋਏ ਸੀਗੇ ਜੀ ਤੇ ਇਹ ਵੀ ਜਿਹੜਾ ਸਾਡੇ ਕਾਸਟਿੰਗ ਡਾਇਰੈਕਟਰ ਨੇ ਮਨਿੰਦਰ ਲਾਢੀ ਉਹਨਾਂ ਨੇ ਇਹਨਾਂ ਨਾਲ ਮੈਨੂੰ ਇੰਟਰੋਡਿਊਸ ਕਰਵਾਇਆ ਤੇ ਪਹਿਲਾਂ ਤੋਂ ਵੀ ਇਹਨਾਂ ਨੂੰ ਮੈਂ ਜਾਣਦਾ ਸਾਡਾ ਕਾਫੀ ਸਰਕਲ ਸੀਗਾ ਨਾਨਪ੍ਰੀਮ ਮੈਮ ਨੂੰ ਵੀ ਮੈਂ ਸਟੂਪਿਡ 7 ਟਾਈਮ ਤੋਂ ਫੈਮਿਲੀਅਰ ਹਾਂ ਮੈਂ ਇਹਨਾਂ ਦੇ ਨਾਲ ਕਿ ਪੁਖਰਾਜ ਉਹਨਾਂ ਦੇ ਨਾਲ ਕਨਰ ਥੰਦਾਵਾਲੀ ਨਾਲ ਇਹਨਾਂ ਨੇ ਉਹ ਫਿਲਮ ਦੇ ਵਿੱਚ ਕੰਮ ਕੀਤਾ ਸੀਗਾ ਤੇ ਉਸ ਤੋਂ ਬਾਅਦ ਵੀ ਮੈਮ ਦੇ ਆਡੀਸ਼ਨ ਇੱਕ ਵਾਰੀ ਆਰਜੀਗਰੀ ਵੇਲੇ ਵੀ ਆਏ ਸੀਗੇ ਮੈਮ ਤੇ ਉਦੋਂ ਤੋਂ ਮੈਂ ਇਹਨਾਂ ਨੂੰ ਜਾਣਦਾ ਸੀਗਾ ਤੇ ਇਸ ਵਾਰੀ ਵੀ ਜਦੋਂ ਮੈਮ ਦਾ ਆਡੀਸ਼ਨ ਹੋਇਆ ਤਾਂ ਇਹਨਾਂ ਨੇ ਮੈਨੂੰ ਲੱਗਦਾ ਮੋਨੋਲੋਗ ਬੜਾ ਉਸ ਤੋਂ ਬਾਅਦ ਮੈਂ ਹੋਰ ਵੀ ਲੈ ਆ ਆਡੀਸ਼ਨ ਨੇ ਪਹਿਲਾ ਆਡੀਸ਼ਨ ਦੇਖ ਕੇ ਗਏ ਤੇ ਇਹਨਾਂ ਦਾ ਜਿਹੜਾ ਮੋਨੋਲੋਗ ਸੀਗਾ ਵੀ ਮਤਲਬ ਮੈਂ ਹੋਰ ਕਿਸੇ ਦਾ ਆਡੀਸ਼ਨ ਲੈਂਦਾ ਸੀ ਤਾਂ ਮੈਂ ਉਹ ਮੋਨੋਲੋਗ ਨਾਲ ਰੱਖਦਾ ਸੀਗਾ ਤੇ ਵੀ ਮੈਂ ਦੇਖਾਂ ਵੀ ਯੂਰਪਰ ਇਹਨਾਂ ਦੇ ਬਰਾਬਰ ਦਾ ਕੋਈ ਮਨੋਲੋਗ ਨਹੀਂ ਦੇ ਕੇ ਗਿਆ ਬਹੁਤ ਵਧੀਆ ਮਨੋਲੋਗ ਸੀਗਾ ਇਹ ਬਹੁਤ ਜ਼ਬਰਦਸਤ ਮਨੋਲੋਗ ਦੇ ਕੇ ਗਿਆ ਤੇ ਜੱਸੇ ਦੀ ਥੋੜੀ ਲੰਬੀ ਸਟੋਰੀ ਹੈ ਜੱਸੇ ਦਾ ਇਹ ਪੈ ਗਿਆ ਸੀਗਾ ਵੀ ਕਿਸੇ ਜੱਸੇ ਨੇ ਆਡੀਸ਼ਨ ਮੋਨੋਲੋਗ ਇਹਦਾ ਹੀ ਬੈਸਟ ਸਭ ਤੋਂ ਬੈਸਟ ਦੇ ਕੇ ਆਡੀਸ਼ਨ ਇਹਦਾ ਸਭ ਤੋਂ ਬੈਸਟ ਸੀਗਾ ਬਟ ਮੈਨੂੰ ਨਾ ਪਤਾ ਨਹੀਂ ਮੈਨੂੰ ਜਿੱਦਾਂ ਮੈਂ ਬੌਂਡਿੰਗ ਕੀਤੀ ਸੀ ਨਾ ਮੈਂ ਥੋੜਾ ਜਿਹਾ ਕਰੈਕਟਰ ਹੋਣ ਥੋੜਾ ਜਿਹਾ ਸੀ ਨਾ ਮਿਸਮੈਚ ਜੋੜੀ ਦਿਖਾਈ ਆ ਮਤਲਬ ਕਿ ਪਹਿਲਾਂ ਮੇਰਾ ਏਦਾਂ ਨਾ ਮੇਰਾ ਸੀਗਾ ਨਹੀਂ ਮਿਸਮੈਚ ਜੋੜੀ ਪਹਿਲਾਂ ਮੈਂ ਪਰਫੈਕਟ ਜੀ ਜੋੜੀ ਦਿਖਾਈ ਸੀਗੀ ਐਕਚੁਅਲੀ ਹੁਣ ਥੋੜਾ ਜਿਹਾ ਸਿਮਿਲਰ ਹੋ ਗਿਆ ਉਹ ਵਿੱਚ ਲੱਕੀ ਤੇ ਜੈਸਿਕਾ ਸੀਗੇ ਜਿਵੇਂ ਹਨਾ ਉਹ ਵਿੱਚ ਥੋੜਾ ਜਿਹਾ ਹੋ ਗਿਆ ਥੋੜਾ ਜਿਹਾ ਪਰ ਮੇਰੇ ਨਾਲ ਪਹਿਲਾਂ ਏਦਾਂ ਮੇਰਾ ਉਹ ਬਹੁਤ ਚੱਕਰ ਦਿੱਸੇ ਦਾ ਪਰ ਇਹਦਾ ਮੋਨੋਲੋਗ ਵਧੀਆ ਸੀ ਤਾਂ ਮੈਂ ਹਾਈਟ ਦੇ ਚੱਕਰਾਂ 'ਚ ਮੈਂ ਇੱਕ ਦੋ ਜਣਿਆਂ ਦੇ ਨਾਲ ਹੋਰ ਨਾਲ ਟਰਾਈ ਆਊਟ ਕੀਤਾ ਤੇ ਇੱਕ ਜਣੇ ਨਾਲ ਪਹਿਲਾ ਸ਼ੂਟ ਕੀਤਾ ਉਹਦੇ ਨਾਲ ਵੀ ਸ਼ੂਟ ਇੱਕ ਦਿਨ ਕੀਤਾ ਬਾਅਦ ਚ ਬੰਦ ਹੋ ਗਿਆ ਪਹਿਲੇ ਦਿਨੀ ਪਹਿਲੇ ਦਿਨੀ ਬ੍ਰੇਕ ਲਾਗੇ ਸੀਗੇ ਆਪਣੇ ਪਹਿਲੇ ਦਿਨੀ ਸਾਨੂੰ ਹੋ ਗਿਆ ਚਲੋ ਬਾਈ ਵੀ ਗੁੱਸਾ ਨਾ ਕਰੇ ਵੀ ਕਿਉਂ ਹੋਇਆ ਕੋਈ ਰੀਜ਼ਨ ਸੀਗਾ ਚਲੋ ਹਨਾ ਫੇਰ ਹੋਰ ਕੀਤਾ ਇੱਕ ਮੁੰਡਾ ਉਹਦੇ ਨਾਲ ਵੀ ਦੋ ਤਿੰਨ ਦਿਨ ਸ਼ੂਟ ਕੀਤਾ ਤਿੰਨ ਚਾਰ ਦਿਨ ਸ਼ੂਟ ਕੀਤਾ ਸੀ ਤੇ ਉਹਦੇ ਨਾਲ ਵੀ ਫੇਰ ਫੇਰ ਤਾਂ ਜਮਾ ਹੀ ਬ੍ਰੇਕ ਲੱਗ ਗਿਆ ਸ਼ੂਟ ਮੈਂ ਘਰੇ ਚ ਲੈ ਗਿਆ ਮੈਨੂੰ ਲਾਈਕ ਆ ਬਹੁਤ ਡਿਪਰੈਸਡ ਹੋ ਗਿਆ ਮੈਂ ਲਿਟਰਲੀ ਡਿਪਰੈਸਡ ਹੋ ਗਿਆ ਸੀ ਵੀ ਮੈਂ ਯਾਰ ਕੀ ਗਲਤੀ ਕਰ ਲਈ ਯਾਰ ਵੀ ਮੈਨੂੰ ਕਿਉਂ ਮੇਰੀ ਵੀ ਕੋਈ ਗਲਤੀ ਨਹੀਂ ਸੀ ਕੋਈ ਮੈਂ ਹੀ ਪੈਨਿਕ ਚ ਆ ਕੇ ਉਹ ਬੰਦੇ ਨੂੰ ਕਰੈਕਟਰ ਲਿਆ ਹਨਾ ਸਾਡਾ 3-4 ਦਿਨ ਦਾ ਜਿਹੜਾ ਸ਼ੂਟ ਸੀਗਾ ਜਮਾ ਹੀ ਲਾਈਕ ਕਹ ਲਓ ਤੁਸੀਂ ਵੀ ਡਿਲੀਟ ਕਰਨਾ ਪਿਆ ਸਾਨੂੰ ਤਾਂ ਬੜਾ ਉਹ ਤੋਂ ਬਾਅਦ ਮੈਂ 15 ਦਿਨ ਦਾ ਬ੍ਰੇਕ ਲਿਆ ਤੇ ਮੈਂ ਫਿਰ ਉਧਰ ਚਲੇ ਗਿਆ ਫੇਰ ਬਾਅਦ ਚ ਜਾ ਕੇ ਐਟ ધ ਐਂਡ ਜਦੋਂ ਉਹ 15 ਦਿਨ ਤੋਂ ਬਾਅਦ ਬ੍ਰੇਕ ਤੋਂ ਬਾਅਦ ਕੋਵਿਡ ਲੱਗ ਗਿਆ ਤੇ ਸਾਡੇ ਜਿਹੜੇ ਕੋਈ ਸਪਾਂਸਰਸ ਆਇਲਸ ਵਾਲਾ ਕੁਝ ਸੀਗਾ ਸਾਡਾ ਉਹ ਬੈਕ ਆਊਟ ਕਰਕੇ ਸਾਡਾ ਸ਼ੋਅ ਰੁਕ ਗਿਆ ਮਾਰਚ ਚ ਆ ਕੇ ਦੁਬਾਰਾ ਸ਼ੋਅ ਸ਼ੁਰੂ ਕੀਤਾ ਫੇਰ ਇਹਨੂੰ ਮੌਕੇ ਤੇ ਹੀ ਸੱਦਿਆ ਜੀ ਫਿਰ ਤੇ ਆਇਆ ਤੇ ਮੈਂ ਕਹਿੰਦਾ ਜੀ ਕਰੈਕਟਰ ਚ ਇਹਨੇ ਜਾਨ ਪਾਤੀ ਜੀ ਇਹਨੇ ਪੂਰੀ ਮਤਲਬ ਤੇ ਜਿਵੇਂ ਕਰਨ ਸੰਧਾ ਵਾਲੀਆ ਸੀਗਾ ਜੀ ਮੈਂ ਕਹਿੰਦਾ ਵੀ ਉਮੀਦਾਂ ਇਹਨੇ ਕਰੈਕਟਰ ਨਵਾਇਆ ਜੀ ਪੂਰਾ ਮਤਲਬ ਕਿ ਜੇ ਤੁਸੀਂ ਲੱਕੀ ਨੂੰ ਪਿਆਰ ਦਿੱਤਾ ਤੁਸੀਂ ਸਮਨ ਨੂੰ ਵੀ ਉਨਾ ਹੀ ਪਿਆਰ ਕਰੋਗੇ ਇਹ ਬਹੁਤ ਵੱਡਾ ਕੰਪਲੀਮੈਂਟ ਹੈ ਮੈਨੂੰ ਲੱਗਦਾ ਬਹੁਤ ਹੈ ਤੇ ਰਾਜਵੀਰ ਨੇ ਵੀ ਮੈਨੂੰ ਪਹਿਲਾਂ ਜਿਵੇਂ ਉਹਨਾਂ ਨੇ ਦੱਸਿਆ ਵੀ ਇੰਸਟਾਗ੍ਰਾਮ ਤੇ ਇਹਨਾਂ ਨੇ ਕੀਤਾ ਸੀ ਪਰ ਮੈਂ ਨਾ ਐਕਚੁਅਲੀ ਸਭ ਸੱਚ ਦੱਸਾਂ ਮੈਂ ਭੁੱਲ ਗਿਆ ਸੀ ਕਿਉਂਕਿ ਬਹੁਤ ਮੈਸੇਜਸ ਆਉਂਦੇ ਨੇਗੇ ਮੈਂ ਭੁੱਲ ਗਿਆ ਸੀ ਨੋਟ ਡਾਊਨ ਪਰ ਮੈਂ ਰਿਪਲਾਈ ਜ਼ਰੂਰ ਕਰਦਾ ਸੀਗਾ ਪਰ ਮੈਂ ਭੁੱਲ ਗਿਆ ਸੀਗਾ ਪਰ ਇਹ ਜਦੋਂ ਉਹਰੇ ਆਏ ਨੇ ਯੂਨੀਵਰਸਿਟੀ ਦੇ ਵਿੱਚ ਨਾ ਤਾਂ ਇਹਨਾਂ ਨੇ ਬਹੁਤ ਲਾਈਕ ਬੈਸਟ ਐਕਟਰ ਵਗੈਰਾ ਦਾ ਇਹਨਾਂ ਨੂੰ ਅਵਾਰਡ ਮਿਲਿਆ ਕਾਫੀ ਕੁਝ ਇਹਨਾਂ ਦੇ ਪਲੇਸ ਬਹੁਤ ਜ਼ਬਰਦਸਤ ਗਏ ਨੇ ਤੇ ਲਾਈਕ ਨੈਸ਼ਨਲ ਤੱਕ ਵੀ ਜਾ ਕੇ ਆਏ ਨੇ ਆਏਗਾ ਸਾਰਾ ਕੁਝ ਇਹਨਾਂ ਦੀ ਫੋਟੋ ਅਸੀਂ ਰੀਅਲ ਯੂਜ਼ ਕੀਤੀਆਂ ਨੇ ਉੱਥੇ ਮੈਡਲਸ ਵਗੈਰਾ ਜਿਹੜੇ ਹੈਗੇ ਉਹ ਮੈਨੂੰ ਲਾਡੀ ਨੇ ਦੱਸਤਾ ਸੀ ਕਹਿੰਦਾ ਯਾਰ ਵੀ ਰਾਜਵੀਰਤਾ ਵੀ ਖਤਮ ਐ ਐਕਟਰਸ ਵੀ ਇਹਨਾਂ ਨਾਲ ਕਰ ਹੀ ਲੈਨੇ ਆ ਆਪਾਂ ਮੈਂ ਕਿਹਾ ਯਾਰ ਠੀਕ ਐ ਤੁਸੀਂ ਕਰ ਦਿਓ ਇਹਨਾਂ ਨੇ ਵੀ ਮੋਨੋਲੋਗ ਦਿੱਤਾ ਤਾਂ ਬਹੁਤ ਵਧੀਆ ਗਿਆ ਥੈਨ 인ਦਰ ਬੈਠਾ 인ਦਰ ਐ ਸੀਗਾ ਤੇ ਇਹ ਵੀ ਆਨਲਾਈਨ ਆਇਆ ਇਹ ਵੀ ਆਨਲਾਈਨ ਇਹਦੇ ਨਾਲ ਗੱਲਬਾਤ ਹੋਈ ਆਨਲਾਈਨ ਭੇਜੇ ਪਹਿਲਾਂ ਵੀ ਭੇਜੇ ਹੋਏ ਸੀਗੇ ਇਹਨੇ ਆਡਿਸ਼ਨ ਤੇ ਕਰਿਆ ਅੱਛਾ ਲੱਗਿਆ ਬਹੁਤ ਅੱਛਾ ਐਕਟਰ ਐ ਤੇ ਉਹ ਨੇਚਰ ਵਾਈਜ਼ ਜਿੱਦਾਂ ਦਾ ਕੈਰੇਕਟਰ ਉਹਦਾਂ ਦਾ ਹੀ ਐ ਥੈਨ ਯੁਵਰਾਜ ਤੇ ਹੋਣਿਆ ਉਹਨੂੰ ਵਾਈਪੀਐਸ ਵਾਲੇ ਨੂੰ ਵਾਈਪੀਐਸ ਬ੍ਰਾ ਮੈਨੂੰ ਵਾਈਪੀਐਸ ਵਾਲੇ ਨੇ ਕਹਿੰਦਾ ਦੱਸਦਾ ਮੈਂ ਨਾ ਜਦੋਂ ਕਰੈਕਟਰ ਲਿਖਿਆ ਵਾਈਪੀਐਸ ਦਾ ਮੇਰੇ ਵੀ ਕਾਫੀ ਫਰੈਂਡਸ ਸੀਗੇ ਵਾਈਪੀਐਸ ਦੇ ਨਾ ਤੇ ਉਹਨਾਂ ਨੂੰ ਇੰਗਲਿਸ਼-ਇੰਗਲਿਸ਼ ਜੀ ਜ਼ਿਆਦਾ ਕੋਈ ਬੋਲਦੇ ਨੇ ਹਨਾ ਐਂ ਜੇ ਹੁੰਦਾ ਵੀ ਥੋੜੇ ਵਾਈਪੀਐਸ ਵਾਲੇ ਐਵੇਂ ਦੇ ਨੇ ਯੂਨੀਵਰਸਿਟੀ ਚ ਅਸੀਂ ਪੜ੍ਹਦੇ ਸੀਗੇ ਵਾਈਪੀਐਸ ਵਾਲੇ ਵਾਈਪੀਐਸ ਵਾਲੇ ਐਂ ਵਾਈਪੀਐਸ ਵਾਲੇ ਉਹ ਅਸੀਂ ਚੱਲ ਠੀਕ ਹੈ ਹਨਾ ਤਾਂ ਅਸੀਂ ਕਰੈਕਟਰ ਰੱਖਿਆ ਦੀ ਵਾਈਪੀਐਸ ਵਾਲਾ ਵੀ ਇੰਗਲਿਸ਼ ਬਹੁਤ ਬੋਲਦਾ ਹਾਂ ਇਹਦਾ ਨਾ ਮੈਨੂੰ ਇਹਦੀ ਮੈਨੂੰ ਮੇਲ ਆਈ ਅ ਤੀਓ ਸੀ ਲਾਈਕ ਇੰਗਲਿਸ਼ ਚ ਐਸ ਨਾ ਇਹ ਇੰਗਲਿਸ਼ ਚ ਨੇ ਸਾਰਾ ਇੰਗਲਿਸ਼ ਚ ਅਸੀਂ ਅਸੀਂ ਬੈਠੇ ਮੈਂ ਤੇ ਮੇਰਾ ਰਾਈਟਰ ਮੈਂ ਕਹਿੰਦਾ ਆਪਾਂ ਤਾਂ ਯਾਰ ਕੈਰੈਕਟਰ ਹੀ ਬੜਾ ਵਧੀਆ ਲਿਖਿਆ ਦੇਖੀ ਵਾਈਪੀਐਸ ਵਾਲਾ ਮੈਂ ਕਹਿੰਦਾ ਇੰਗਲਿਸ਼ ਚ ਭੇਜ ਰਿਹਾ ਐਡੀਸ਼ਨ ਫਿਰ ਮੈਨੂੰ ਕਹਿੰਦਾ ਮੈਂ ਕਿ ਪੰਜਾਬੀ ਚ ਭੇਜ ਯਾਦ ਮਤਲਬ ਕਿ ਮੈਨੂੰ ਮੈਨੂੰ ਬੜਾ ਮੈਂ ਕਹਿੰਦਾ ਯਾਰ ਆਪਾਂ ਤਾਂ ਕੈਰੈਕਟਰ ਬੜਾ ਵਧੀਆ ਲਿਖਤਾ ਮੈਂ ਕਹਿੰਦਾ ਯਾਰ ਵਾਈਪੀਐਸ ਵਾਲਾ ਇੰਗਲਿਸ਼ ਭੇਜ ਰਿਹਾ ਦੇਖ ਪਰ ਮੈਂ ਓਨੈਸਟਲੀ ਦਸਾਂ ਮੈਨੂੰ ਮੈਨੂੰ ਮੈਂ ਜਦੋਂ ਦੇਖਿਆ ਇੰਗਲਿਸ਼ ਚ ਦੇਖਿਆ ਮੈਨੂੰ ਇਹ ਪਹਿਲਾ ਉਹ ਕਰੈਕਟਰ ਹੈ ਜਿਹਨੂੰ ਮੈਂ ਜਦੋਂ ਇਹ ਆਡੀਸ਼ਨ ਦੇਣ ਆਇਆ ਮੈਂ ਸਭ ਤੋਂ ਆ ਲਾਸਟ ਬੁਲਾਇਆ ਹਾਂ ਓਨੈਸਟਲੀ ਮੈਂ ਕਹਿਆ ਯਾਰ ਸਭ ਤੋਂ ਲਾਸਟ ਬੁਲਾਉਨੇ ਆ ਵੀ ਵਾਈਪੀਐਸ ਮੈਂ ਕਹਿਆ ਮੈਨੂੰ ਸੀਗਾ ਯਾਰ ਇਹ ਵਾਈਪੀਐਸ ਵਾਲੇ ਥੋੜੇ ਜਿਹਾ ਆਏ ਰਹਿੰਦੇ ਨੇ ਵੀ ਇਹ ਕਿੱਥੇ ਹਨਾ ਵੀ ਐਕਟਿੰਗ ਵਾਲੇ ਫੀਲਡ 'ਚ ਕਿੱਧਰੋਂ ਆ ਜਾਣਗੇ ਵੀ ਥੋੜੇ ਜਿਹਾ ਉਹ ਹੁੰਦੇ ਨੇ ਕਿ ਥੋੜੇ ਜਿਹਾ ਰਾਜਾ ਟਾਈਪ ਇਹ ਵਾਂਗੂ ਰਹਿੰਦੇ ਨੇ ਇਹ ਹਨਾ ਮੈਂ ਕਿ ਕਿੱਥੇ ਐਕਟਿੰਗ ਯਾਰ ਕਿੱਥੇ ਐਡਜਸਟ ਹੋ ਜਾਊਗਾ ਪਰ ਜਦੋਂ ਇਹ ਆਇਆ ਤਾਂ ਇਹ ਪਹਿਲਾ ਬੰਦਾ ਵੀ ਜਿਹਨੂੰ ਮੈਂ ਇਹਦਾ ਆਡੀਸ਼ਨ ਲੈਣ ਤੋਂ ਬਾਅਦ ਮੈਂ ਕਿਹਾ ਭਾਈ ਤੂੰ ਡੰ ਇਹ ਪਹਿਲਾ ਬੰਦਾ ਜਿਹਨੂੰ ਮੈਂ ਕਹਤਾ ਓਡੀਸ਼ਨ ਲੈ ਕੇ ਵੀ ਤੂੰ ਡਾਨਣਾ ਬਰੋ ਤੂੰ ਡਾਨਣਾ ਵੀ ਤੇਰਾ ਮੈਂ ਕਰਨਾ ਆ ਤੇ ਉਹ ਤੋਂ ਬਾਅਦ ਐ ਜੋਤ ਤੇ ਜੋ ਸਾਡੇ ਨਾਲ ਬਹੁਤ ਚਿਰ ਤੋਂ ਜਿਹਦਾ ਦੱਸਿਆ ਵੀ ਐਜ਼ ਐਨ ਐਕਸਟਰਾ ਇਹਨੇ ਕੰਮ ਕੀਤਾ ਯਾਰ ਜਿਗਰੀ ਦੇ ਵਿੱਚ ਤੇ ਬਹੁਤ ਇਹ ਸਾਡੇ ਨਾਲ ਇਹਦਾ ক্রੂ ਵੀ ਜਾਂਦਾ ਰਿਹਾ ਇਹਨੇ ਲੈਟਾਂ ਵੀ ਚਕਾਈਆਂ ਨੇ ਇਹਨੇ ਸਭ ਕੁਝ ਕੀਤਾ ਸਾਡੇ ਨਾਲ ਤੇ ਹਾਂ ਸਾਡੇ ਨਾਲ ਭਰਾਵਾਂ ਵਾਂਗੂ ਜੁੜਿਆ ਹੋਇਆ ਸੀਗਾ ਇਹ ਤੇ ਜੋਤ ਦਾ ਵੀ ਐਂ ਸੀਗਾ ਵੀ ਕਰਨਾ ਹੀ ਆ ਆਪਾਂ ਕੋਈ ਨਾ ਕੋਈ ਕੈਰੇਕਟਰ ਜੋਤ ਨੂੰ ਦੇਣਾ ਹੀ ਆ ਇਹ ਐ ਨਹੀਂ ਹੈ ਵੀ ਸਾਡੇ ਨਾਲ ਜੁੜਿਆ ਹੋਇਆ ਸੀਗਾ ਇਹਦਾ ਇੰਸਟਾ ਖੋਲ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਸ਼ਹਿ ਹੈ ਇਹ ਇਹ ਸਭ ਤੋਂ ਵੱਧ ਇਹ ਲਾਈਕ ਸਹੀ ਚੱਕੀ ਬੈਠਾ ਇਹਨਾਂ ਚ ਜੇ ਲੱਗ ਰਿਹਾ ਨਾ ਸ਼ਾਂਤ ਜਿਹਾ ਬੈਠਾ ਇੰਸਟਾ ਹੈਂਡਲ ਸਾਰੇਆਂ ਦੇ ਮੈਂ ਗੜੀ ਇੰਸਟਾਗ੍ਰਾਮ ਤੇ ਤੇ ਇਹ ਵੀ ਬੰਦਾ ਉਹ ਫਿਰ ਉੱਥੋਂ ਕਰਿਆ ਗੋਪੀ ਦਾ ਮੈਂ ਤੁਹਾਨੂੰ ਆਲਰੇਡੀ ਦੱਸਤਾ ਵੀ ਕਰਿਆ ਸੀਗਾ ਤੇ ਬੂਟੇ ਬਾਈ ਦਾ ਕਰੈਕਟਰ ਐਕਚੁਅਲੀ ਦੇ ਵਿੱਚ ਮੈਂ ਸੋਚਿਆ ਸੀਗਾ ਵੀ ਇਸ ਵਾਰੀ ਨਾ ਕੋਈ ਵੀ ਜਿਹੜਾ ਐਂਗਰੀ ਯੰਗ ਜਿਵੇਂ ਪਿਛਲੀ ਵਾਰੀ ਅਨਮੋਲ ਸੀਗਾ ਤਾਂ ਮੈਨੂੰ ਸੀਗਾ ਵੀ ਥੋੜਾ ਜਿਆ ਐਂਗਰੀ ਮੈਂ ਕਹਿੰਦਾ ਇਸ ਵਾਰੀ ਯਾਰ ਆਪਾਂ ਮੋਨਾ ਰੱਖਾਂਗੇ ਮੁੰਡਾ ਵੀ ਪਾਗ ਵਾਲਾ ਵੀ ਚਲ ਇੱਕ ਹੋ ਜਾਊਗਾ ਵੀ ਮੋਨਾ ਰੱਖਾਂਗੇ ਪਰ ਪਤਾ ਨਹੀਂ ਉਹ ਮਿਲਿਆ ਨਹੀਂ ਉਹ ਚੀਜ਼ ਬਣੀ ਨਹੀਂ ਤੇ ਬੂਟੇ ਬਾਈ ਤੇ ਮੈਨੂੰ ਪਰਸਨਲੀ ਕੋਈ ਵੀ ਹੁੰਦਾ ਵੀ ਆਪਣਾ ਗੋਪੀ ਦਾ ਵੀ ਮੈਨੂੰ ਸੀਗਾ ਵੀ ਗੋਪੀ ਦੇ ਨਾਲ ਮੈਨੂੰ ਹੁੰਦਾ ਵੀ ਥੀਏਟਰ ਵਾਲ ਤੇ ਬੂਟੇ ਪਾਈ ਦੀ ਰੈਫਰੈਂਸ ਮੈਨੂੰ ਆਈ ਤੇ ਮੈਨੂੰ ਲੁੱਕ ਵੀ ਬੜੀ ਵਧੀਆ ਲੱਗੀ ਈਵਨ ਇਹਨਾਂ ਦੀ ਮੈਨੂੰ ਲੁੱਕ ਨਾ ਐਕਚੁਅਲੀ ਪਹਿਲਾਂ ਉਹ ਆਈ ਸੀ ਤੁਹਾਡੀ ਵੀ ਜੂੜਾ ਤੁਸੀਂ ਪਿੱਛੇ ਕਰਕੇ ਵੀ ਇਹ ਕੈਰੈਕਟਰਸ ਕਰਦੇ ਨੇ ਜੀ ਵਗੈਰਾ ਤੇ ਇਹਨਾਂ ਨੇ ਕਾਫੀ ਸ਼ੋ ਕੀਤੇ ਨੇ ਤੇ ਜੂੜਾ ਪਿੱਛੇ ਕਰਕੇ ਤਾਂ ਮੂਨਾ ਕੈਰੈਕਟਰ ਵੀ ਮੈਨੂੰ ਲੱਗਦਾ ਤੁਸੀਂ ਕਰੇ ਨੇ ਹਨਾ ਤਾਂ ਮੈਨੂੰ ਉਹ ਲੁੱਕ ਆਈ ਸੀ ਬਟ ਮੈਨੂੰ ਜਦੋਂ ਇਹਨਾਂ ਦੀ ਪੱਗ ਵਾਲੀ ਲੁੱਕ ਦੇਖੀ ਤਾਂ ਮੈਨੂੰ ਬਹੁਤ ਜੱਚੀ ਹੈ ਨਾ ਫਿਰ ਮੈਂ ਇਹਨਾਂ ਤੋਂ ਪੱਗ 'ਚ ਇਹਨਾਂ ਦਾ ਆਡੀਸ਼ਨ ਲਿਆ ਤੇ ਇਹ ਵੀ ਬਾਈ ਦਾ ਉਦੋਂ ਹੀ ਹੋ ਗਿਆ ਨਾਲ ਹੀ ਤੇ ਬਿਨੇ ਦਾ ਸਤ ਸਦਾ ਐਕਸਾਈਟਿਡ ਬੈਠਾ ਤੇ تھیਟਰ ਦੇ ਉਰੇ ਯੂਨੀਵਰਸਿਟੀ ਚ ਪੜਿਆ ਮੈਂ ਤਾਂ ਮਿਲਿਆ ਨਹੀਂ ਸੀ ਪੁਖਰਾਜ ਨੂੰ ਜਾਣਦਾ ਏ ਸ਼ੁਰੂ ਤੋਂ ਕਿ ਇਹਦੇ ਇਹਨਾਂ ਦੇ ਫਾਦਰ ਜਾਣਦੇ ਨੇ ਇੱਕ ਦੂਜੇ ਨੂੰ ਇਹ ਪੁਖ ਇਹਨਾਂ ਨੂੰ ਪੁਖਰਾਜ ਨੂੰ ਵੀ ਜਾਣਦਾ ਆ ਤੇ ਇਹ ਵੀ ਸੁਖਚੈਨ ਨਾਲ ਇੰਟੈਚ ਸੀਗਾ ਵੀ ਕਰਦਾ ਹੈ ਕੈਰੇਕਟਰ ਤੇ ਇਹਨੇ ਵੀ ਜਦੋਂ ਆਡੀਸ਼ਨ ਦਿੱਤਾ ਉਦੋਂ ਅਸੀਂ ਪਹਿਲੀ ਵਾਰੀ ਮਿਲੇ ਪਰ ਬਹੁਤ ਮੈਂ ਕਹਿੰਦਾ ਨੇਚੁਰਲ ਐਨੇ ਉਹ ਕਰਿਆ ਬਹੁਤ ਐਨਥੂਸੀਆਜ਼ਮ ਦਿਖਾਇਆ ਆ ਆ ਤੇ ਇਹ ਸੁਖਚੈਨ ਦੇ ਥਰੂ ਸਾਨੂੰ ਮਿਲਿਆ ਸੀਗਾ ਉਹਨੂੰ ਬਾਕੀ ਬਸ ਐ ਸਾਰੇ ਮਿਲਣ ਨੇ ਜੀ ਤੁਹਾਡੇ ਸਾਹਮਣੇ ਨੇ ਤੇ ਸਾਰੇ ਬਹੁਤ ਅੱਛੇ ਐਕਟ ਨੇ ਇੱਕ ਵਾਰੀ ਤਾੜੀਆਂ ਸਾਰਿਆਂ ਦੇ ਲਈ ਸਾਰਿਆਂ ਲਈ ਬਿਲਕੁਲ ਬਿਲਕੁਲ ਮੈਂ ਚਾਹਾਂਗੀ ਪਿੱਛੇ ਮੇਰੀ ਕੈਮਰਾ ਟੀਮ ਬੈਠੀ ਹੈ ਇੱਕ ਵਾਰੀ ਤਾੜੀਆਂ ਉਧਰੋਂ ਵੀ ਆ ਜਾਣ ਇਹਨਾਂ ਲਈ ਬਹੁਤ ਸੋਹਣੀ ਸਟਾਰ ਕਾਸਟ ਹੈ ਤੇ ਐਂਡਿੰਗ ਦੋ ਤਿੰਨ ਸਵਾਲ ਤੁਹਾਡੇ ਨਾਲ ਰਾਬੀ ਜੀ ਕਰਾਂਗੇ ਅ ਇੱਕ ਟ੍ਰੈਂਡ ਦੇਖਿਆ ਸੀ ਪੰਜਾਬੀ ਇੰਡਸਟਰੀ 'ਚ ਯਾਰ ਜਿਗਰੀ ਤੋਂ ਬਾਅਦ 2018 'ਚ ਨਾਲ ਅਸੀਂ ਗੱਲਬਾਤ ਕੀਤੀ ਸੀ ਪਹਿਲੀ ਵਾਰੀ ਯਾਰ ਜਿਗਰੀ ਲਈ ਤੇ ਉਦੋਂ ਵੈਬ ਸੀਰੀਜ਼ ਇੱਕ ਦੋ ਆਈਆਂ ਸੀਗੀਆਂ ਜੋ ਕਿ ਚਲੀਆਂ ਨਹੀਂ ਸੀਗੀਆਂ ਚੱਲ ਕੇ ਬੰਦ ਹੋ ਗਈਆਂ ਸੀਗੀਆਂ ਇਹਨਾਂ ਦੀ ਵੈ ਲੋਕਾਂ ਨੇ ਹੋਰ ਵੈਬ ਸੀਰੀਜ਼ ਕੱਢੀ ਤੇ ਮੈਂ ਨਾਮ ਨਹੀਂ ਲਾਉਂਗੀ ਬਸ ਬਹੁਤ ਟ੍ਰੈਂਡਿੰਗ ਸਿੰਗਰਸ ਆਏ ਵੈਬ ਸੀਰੀਜ਼ ਨਹੀਂ ਚੱਲੀਆਂ ਉਥੇ ਹੀ ਰਹਿ ਗਈਆਂ ਪਰ ਯਾਰ ਜਿਗਰੀ ਬਿਲਕੁਲ ਉੱਪ ਜਾ ਰਿਹਾ ਸੀ ਜਿਵੇਂ ਤੁਹਾਡੇ ਜਾਂ ਉੱਪਰ ਜਾ ਰਿਹਾ ਸੀ ਉਹਦਾ ਵੀ ਸਕੇਲ ਉੱਪਰ ਜਾ ਰਿਹਾ ਸੀ ਲੋਕਾਂ ਨੇ ਇਹਨਾਂ ਦੇ ਵਾਂਗ ਵੈਬ ਸੀਰੀਜ਼ ਹੋਰ ਕੱਟੀਆਂ ਟੋਟਲੀ ਫਲॉप ਗਈਆਂ ਹਾਰ ਕੇ ਉਹਨਾਂ ਨੂੰ ਕਨਸੈਪਟ ਕੇ ਜਨਰ ਨੂੰ ਡਿਫਰੈਂਟ ਕਰਨਾ ਪਿਆ ਉਹਨਾਂ ਨੂੰ ਵਰਨਿੰਗ ਜਿਵੇਂ ਵਰਨਿੰਗ ਦਾ ਕਨਸੈਪਟ ਆ ਗਿਆ ਤੇ ਆਪਾਂ ਕਿਤੇ ਨਾ ਕਿਤੇ ਕ੍ਰਿਟਿਕਸ ਨੇ ਵੀ ਤੁਹਾਡੇ ਬਾਰੇ ਇਹੀ ਲਿਖਿਆ ਕਿ ਰੈਬੀ ਦਿਵਾਨਾ ਜਿਹੜਾ ਹੈਗਾ ਉਹ ਇੰਡਸਟਰੀ ਚ ਅਜਿਹਾ ਕਨਸੈਪਟ ਲੈ ਕੇ ਆਇਆ ਵੈਬ ਸੀਰੀਜ਼ ਦਾ ਕਿ ਉਹਦਾ ਵਾਲਾ ਜਨਰ ਤਾਂ ਕੋਈ ਛੇੜ ਨਹੀਂ ਪਾਇਆ ਬਟ ਉਹਨੇ ਬਾਕੀ ਸਾਰਿਆਂ ਨੂੰ ਵੈਬ ਸੀਰੀਜ਼ ਚਲਾਉਣਾ ਸਿਖਾਤੀਆਂ ਇਹਨਾਂ ਦੀ ਵੈਬ ਸੀਰੀਜ਼ ਦੇ ਬਿਲਕੁਲ ਅੱਗੇ ਸੀ ਰਿਜ਼ਰਵ ਕਰ ਦੋ ਇਹਨਾਂ ਦੇ ਵੈਬ ਸੀਰੀਜ਼ ਵਾਲੇ ਕੰਟੈਂਟ ਕਨਸੈਪਟ ਤੋਂ ਬਾਅਦ ਤੇ ਜਿਵੇਂ ਆਪਾਂ ਕਹਿੰਨੇ ਇੱਕ ਵਿਜ਼ਨ ਇਹਨਾਂ ਨੇ ਇਹੋ ਜੀ ਦਿੱਤੀ ਉਸ ਤੋਂ ਬਾਅਦ ਇਹਨਾਂ ਦਾ ਤਾਂ ਚਲੋ ਨਹੀਂ ਛੇੜਿਆ ਜਨਰ ਬਟ ਵਰਨਿੰਗ ਵਰਗੇ ਹੋਰ YouTube ਤੇ ਕਿਵੇਂ ਚਲਾਣੇ ਹੈ ਵੈਬ ਸੀਰੀਜ਼ ਉਹ ਸਭ ਨੂੰ ਆ ਗਏ ਤੇ ਵੱਡੇ ਵੱਡੇ ਪ੍ਰੋਡਕਸ਼ਨ ਹਾਊਸਿਸ ਦੀ ਅੱਜ ਮੈਂ ਗੱਲ ਕਰ ਰਹੀ ਆ ਇਹਨਾਂ ਤੋਂ ਬਾਅਦ ਉਹਨਾਂ ਨੂੰ ਉਹ ਟ੍ਰੈਂਡਸ ਆਏ ਤੇ ਹਲੇ ਤੱਕ ਮੈਂ ਵੀ ਇੰਡਸਟਰੀ ਚ ਬਹੁਤ ਟਾਈਮ ਦੀ ਮੈਨੂੰ ਨਹੀਂ ਲੱਗਦਾ ਕਿ ਇਹ ਵਾਲੇ ਜਨਰ ਦਾ ਯਾਰ ਜਿਗਰੀ ਤੋਂ ਬਾਅਦ ਥੋੜਾ ਹੀ ਵੈਬ ਸੀਰੀਜ਼ ਦਾ ਕੰਟੈਂਟ ਆ ਰਿਹਾ ਕਿਉਂਕਿ ਸਾਰੇ ਥ੍ਰਿਲ ਐਕਸ਼ਨ ਮੁੰਡਿਆਂ ਨੂੰ ਪਤਾ ਹੋਗਾ ਰਿਵੈਂਜ ਇਹਨਾਂ ਦੀ ਵੈਬ ਸੀਰੀਜ਼ ਡਿਜ਼ਾਈਨ ਇਹ ਆਹ ਵਾਲਾ ਜਨਰ ਰੈਬਿਟਿਵ ਆਣਾ ਜਿਹਹੀ ਪਹਿਲੀ ਵਾਰੀ ਲੈ ਕੇ ਆਏ ਸੀ ਇਨਾਂ ਤੋਂ ਬਾਅਦ ਕੋਈ ਨਹੀਂ ਚਲੀ ਆਹੀ ਹੁਣ ਦੁਬਾਰਾ ਲੈ ਕੇ ਆ ਰਹੇ ਜਿਹੜੀ ਕਿ ਇੱਕ ਬਹੁਤ ਵੱਡੀ ਗੱਲ ਹੈ ਲਾਈਟ ਹਾਰਟਿਡ ਕਾਮੇਡੀ ਦਾ ਕਨਸੈਪਟ ਫਿਰ ਵੈਬ ਸੀਰੀਜ਼ ਸਾਹੀ ਲੈ ਕੇ ਆ ਰਹੇ ਸੋ ਤੁਹਾਡੇ ਲਈ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇੱਕ ਸਟਾਰ ਮੇਕਰ ਜਿਹਨੂੰ ਆਪਾਂ ਕਿੰਗ ਮੇਕਰ ਕਹਿੰਨੇ ਆਂ ਤੇ ਤੁਹਾਡੇ ਵਿੱਚੋਂ ਕੌਣ ਮੈਨੂੰ ਮੈਨੂੰ ਲੱਗਦਾ ਮੈਨੂੰ ਸਾਰੇ ਇੱਕ ਇੱਕ ਵਾਰੀ ਬਹੁਤ ਵੱਡੀ ਮੂਵੀਜ਼ 'ਚ ਮਿਲਣਗੇ ਸ਼ਾਇਦ ਇੰਡੀਵਿਜੂਅਲੀ ਐਜ਼ ਅਮ ਲੀਡ ਐਕਟਰ ਐਕਟਰੈਸ ਬਹੁਤ ਵੱਡੀ ਗੱਲ ਹੋਊਗੀ ਸਾਡੇ ਲਈ ਬਟ ਰਾਬੀ ਜੀ ਤੁਹਾਡੇ ਲਈ ਮੇਰਾ ਸਵਾਲ ਹੈ ਆ ਕਿ ਜਦੋਂ ਆਪਾਂ ਇੰਡਸਟਰੀ ਨੂੰ ਇੱਕ ਇਹੋ ਜਿਹੇ ਤੋਹਫੇ ਦੇ ਚੁੱਕੇ ਹੁੰਨੇ ਆ ਇੱਕ ਇਹੋ ਜਿਹੇ ਸਟੈਂਡਰਡ ਸੈੱਟ ਕਰ ਚੁੱਕੇ ਹੁੰਨੇ ਆ ਤੇ ਤੁਹਾਡੇ ਉਹ ਤੁਸੀਂ ਬਹੁਤ ਟਾਈਮ ਬਾਅਦ ਆ ਰਹੇ ਹੋ ਉਸ ਗੈਪ ਚ ਇੰਡਸਟਰੀ ਨੂੰ ਆਲਰੇਡੀ ਕਨਸੈਪਟਸ ਮਿਲ ਚੁਕੇ ਹੈ ਵੈਬ ਸੀਰੀਜ਼ ਦੇ ਤੇ ਬਹੁਤ ਤਗੜੇ ਕਨਸੈਪਟਸ ਮਿਲ ਚੁਕੇ ਹੈ ਜੇ ਅਪਾ ਕਹਿ ਸਕਦੇ ਹਾਂ ਕੁਝ ਸਾਊਥ ਦੇ ਹੋਣ ਚੁ ਇਫੈਕਟਸ ਯੂਜ਼ ਹੋਏ ਹੈ ਵੀਫੈਕਸ ਯੂਜ਼ ਹੋਏ ਹੈ ਬਜਟਸ ਵਾ ਦੇ ਲੋਕਾਂ ਦੇ ਬਹੁਤ ਜ਼ਿਆਦਾ ਕਿਉਂਕਿ ਪ੍ਰੋਡਕਸ਼ਨ ਹਾਊਸਸ ਮੇਨ ਆ ਗਏ ਆਪ ਵੀ ਵੈਬ ਸੀਰੀਜ਼ YouTube ਤੇ ਪਾ ਰਹੇ ਆ ਆਪਣੀ ਵੈਬ ਸੀਰੀਜ਼ ਤੋਂ ਨੂੰ ਬੇਸਿਕਲੀ ਆਫਟਰ ਯਾਰ ਡਿਗਰੀ ਕਿਸੂਤੀ ਡਿਗਰੀ ਹੁਣ ਇਹਨਾਂ ਦੇ ਟਾਈਮ ਵੀ ਕਿੰਨਾ ਕੁ ਪ੍ਰੈਸ਼ਰ ਆਡੀਅנס ਦਾ ਵੀ ਫੀਲ ਹੁੰਦਾ ਆਪਣੇ ਆਪ ਦਾ ਵੀ ਮੇਕਰਸ ਦਾ ਵੀ ਜਿਹੜੇ ਸਪான்ਸਰਸ ਨਾਲ ਜੁੜਦੇ ਆ ਉਹਨਾਂ ਦਾ ਵੀ ਫੀਲ ਹੁੰਦਾ ਕਿ ਯਾਰ ਜੇ ਮੇਰਾ ਕਨਸੈਪਟ ਨਾ ਚੱਲਿਆ ਕਿੰਨਾ ਕੁ ਮੈਨੂੰ ਅਫੈਕਟ ਕਰੂਗਾ ਅ ਸੱਚ ਦੱਸਾਂ ਤਾਂ ਬਹੁਤ ਪ੍ਰੈਸ਼ਰ ਆਈ ਬਹੁਤ ਜ਼ਿਆਦਾ ਹਲੇ ਵੀ ਬਹੁਤ ਕਿਉਂਕਿ ਇੱਕ ਤਾਂ ਨਾ ਪ੍ਰੋਜੈਕਟ ਨੂੰ ਲਿਖਦਾ ਮੈਂ ਜੀ ਮੇਰਾ ਨਾ ਐਕਚੁਅਲੀ ਟਾਈਮ ਮੈਂ ਬਹੁਤ ਦਿੰਦਾ ਪਿਛਲੇ ਮੈਂ April ਦੇ ਵਿੱਚ ਲਿਖਣ ਬੈਠਿਆ ਸੀਗਾ ਜੀ ਇਹ 쇼 ਮਤਲਬ March April ਦੇ ਵਿੱਚ 쇼 ਲਿਖਣਾ 7-8 ਮਹੀਨੇ ਤੁਸੀਂ 쇼 ਲਿਖੋ ਫਿਰ ਆਪ ਹੀ ਕਾਸਟਿੰਗ ਕਰਦੇ ਆ ਜੀ ਆਪ ਹੀ ਪ੍ਰੋਡਿਊਸ ਕਰਦੇ ਆ ਐਡੀਟਿੰਗ ਵੀ ਮੈਂ ਖੁਦ ਕਰਦਾ ਤਾਂ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਆ ਜਾਂਦੀ ਹੈ ਜੀ ਦੂਜੀ ਨਾ ਇਹ ਗੱਲ ਇਹ ਆ ਵੀ ਸਾਰੀ ਜਿੰਨੀ ਕਾਸਟ ਆ ਨਾ ਇਹਨਾਂ ਨੇ ਮਤਲਬ ਮੈਨੂੰ ਲੱਗਦਾ ਵੀ ਆਪਣਾ 200% ਦਿੱਤਾ ਤੇ ਹਨਾ ਵੀ ਸਾਰਿਆਂ ਨੇ ਬਹੁਤ ਇਹਨਾਂ ਤੋਂ ਮੈਂ ਲੇਟ ਵੀ ਸਕੈਡ ਹੋਏ ਨੇ ਇਨਨੂੰ ਮੈਂ ਜੋ ਇੱਕ ਕਹਿ ਲਓ ਇੱਕ ਫੈਸਿਲਿਟੀ ਇੱਕ ਆਮ ਤੌਰ ਤੇ ਵੱਡੇ ਪ੍ਰੋਡਕਸ਼ਨ ਹਾਊਸਿਸ ਦਿੰਦੇ ਨੇਗੇ ਸ਼ਾਇਦ ਮੈਂ ਉਹ ਨਹੀਂ ਦਿੱਤੀ ਹੈਗੀ ਹਨਾ ਪਰ ਇਹ ਵੀ ਸਮਝਦੇ ਸੀ ਉਹ ਗੱਲ ਨੂੰ ਤਾਂ ਹਾਂ ਤਾਂ ਇਹ ਵੀ ਨਾਲ ਉਦਾਂ ਹੀ ਰਹੇ ਨੇ ਹਨਾ ਪਰ ਉਹਦੇ ਨਾਲ ਮੈਨੂੰ ਪਤਾ ਵੀ ਸਾਰੇ ਜਣਿਆਂ ਨੂੰ ਇਹ ਜ਼ਰੂਰ ਹਨਾ ਇਹ ਹੈਗਾ ਵੀ ਬਾਈ ਦੇ ਲਈ ਸਾਰਾ ਕੰਮ ਕਰੀਏ ਵੀ ਐਫਰਟ ਸਾਰੇ ਨੇ ਪਾਏ ਨੇ ਪਰ ਮੇਰੇ ਤੇ ਬਹੁਤ ਪ੍ਰੈਸ਼ਰ ਹੈ ਕਿਉਂਕਿ ਓਬਵੀਅਸ ਜੀ ਗੱਲ ਆ ਯਾਰ ਜਿਗਰੀ ਦੇ ਨਾਲ ਤੁਹਾਨੂੰ ਹੁਣ ਵੀ ਪਤਾ ਹੈ ਕਮੈਂਟਸ ਵਗੈਰਾ ਚ ਚੱਲ ਰਿਹਾ ਹੈ ਹਨਾ ਵੀ ਆਰ ਜਿਗਰੀ ਲੈ ਕੇ ਆ ਉਹ ਅਸੀਂ ਉਹ ਦੇਖਣਾ ਆ ਅਸੀਂ ਇਹ ਨਹੀਂ ਦੇਖਣਾ ਅਸੀਂ ਉਹ ਨਹੀਂ ਦੇਖਣਾ ਤਾਂ ਮੈਨੂੰ ਪਰਸਨਲੀ ਬਹੁਤ ਆ ਕਿਉਂਕਿ ਸਾਰੇ ਜਣਿਆਂ ਨੂੰ ਮੈਨੂੰ ਵੀ ਕਿਤੇ ਉਹ ਚੱਕਰ ਚ ਥੋੜਾ ਜਿਹਾ ਇਹਨਾਂ ਦਾ ਉਹ ਨਾ ਹੋ ਜਾ ਕਿਸੇ ਤਰੀਕੇ ਹੈ ਨਾ ਵੀ ਲੋਕ ਮੈਂ ਤਾਂ ਲੋਕਾਂ ਨੂੰ ਵੈਸੇ ਇਹੀ ਅਪੀਲ ਕਰੂੰਗਾ ਵੀ ਦੇਖੋ ਵੀ ਆਰ ਜਿਗਰੀ ਲੇਟ ਹੋ ਰਿਹਾ ਹੈ ਨਾ ਉਹਦੇ ਵਿੱਚ ਵੀ ਕੋਈ ਰੀਜ਼ਨ ਹੈ ਬਹੁਤ ਲੰਮਾ ਚੌੜਾ ਰੀਜ਼ਨ ਹੈ ਵੀ ਮਤਲਬ ਮੈਂ ਜੇ ਦੱਸਣਾ ਚਾਹਾਂ ਮੈਂ ਬੜਾ ਮਤਲਬ ਕਿ ਡਿਪਰੈਸਿੰਗ ਟਾਈਮਸ ਨਾ ਇਹਦੇ ਨਾਲੋਂ ਜ਼ਿਆਦਾ ਦੇਖੇ ਨੇਗੇ ਸਕਸੈਸ ਟਾਈਮ ਨਾਲੋਂ ਹਜੇ ਵੀ ਡਿਪਰੈਸਿੰਗ ਟਾਈਮ ਜ਼ਿਆਦਾ ਪਰ ਮੈਂ ਜ਼ਿਆਦਾ ਉਹਨੂੰ ਭੁੱਲ ਜਾਣਾ ਮੈਂ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਹੁੰਦਾ ਉਹ ਚੀਜ਼ਾਂ ਨੂੰ ਵੀ ਪਰ ਕੋਈ ਰੀਜ਼ਨਸ ਨੇ ਵੀ ਯਾਰ ਜਗਰੀ ਲੇਟ ਕਿਉਂ ਹੋ ਰਿਹਾ ਕੋਈ ਮਤਲਬ ਕਿ ਵੀ ਕਿਸ ਨੇ ਇਹ ਨਹੀਂ ਦੇਖਿਆ ਵੀ ਯਾਰ ਜਗਰੀ 2 ਦੇ ਵਿੱਚ ਸ਼ੈਰੀਮਾਨ ਦਾ ਗਾਣਾ ਨਹੀਂ ਆਇਆ ਉਹਦੇ ਪਿੱਛੇ ਵੀ ਕੋਈ ਰੀਜ਼ਨ ਸੀ ਬਹੁਤ ਵੱਡਾ ਮਤਲਬ ਕਿ ਮੇਰੇ ਨਾਲ ਕੀ ਕੀ ਬੀਤੀ ਹੈ ਕਿ ਕੀ ਨਹੀਂ ਹੋਈਆ ਕੋਵਿਡ ਦੇ ਵਿੱਚ ਸ਼ ਤਾਂ ਉਹ ਚੀਜ਼ ਨੂੰ ਥੋੜਾ ਜਿਹਾ ਸਾਈਡ ਤੇ ਰੱਖ ਕੇ ਯਾਰ ਜਿਗਰੀ 3 ਨੋ ਡਾਊਟ ਅਸੀਂ ਲੈ ਕੇ ਆਵਾਂਗੇ ਕੁਝ ਰੀਜ਼ਨਸ ਨੇ ਕੋਈ ਕਾਸਟ ਬਾਹਰ ਬੈਠੀ ਆ ਬਹੁਤ ਕਾਸਟ ਕੈਨੇਡਾ ਆ ਕੋਈ ਕੈਨੇਡਾ ਚੱਲੀ ਐ ਕਿਸੇ ਦਾ ਵਿਆਹ ਸੀਗਾ ਪਿਛਲੇ ਸਾਲ ਕਿਸੇ ਦਾ ਫਿਲਮਾਂ ਚੱਲ ਰਹੀਆਂ ਸੀਗੀਆਂ ਸਾਡੇ ਕੋਲ ਇੱਕ ਟਾਈਮ ਸੀ ਜਦੋਂ ਮੈਂ ਇਹ ਸੀਰੀਜ਼ ਸ਼ੁਰੂ ਕੀਤੀ ਮੈਨੂੰ ਸੀਗਾ ਇਹ ਤੋਂ ਬਾਅਦ ਯਾਰ ਜਿਗਰੀ ਕਰਾਂਗੇ ਕੋਵਿਡ ਆਉਂਦਾ ਆ ਜਨਵਰੀ ਦੇ ਇੱਕ ਦੋ ਤਰੀਕ ਨੂੰ ਲੋਕਡਾਊਨ ਲੱਗਦਾ ਆ ਠੀਕ ਐ ਉਹ ਤੋਂ ਬਾਅਦ ਜਮ੍ਹਾਂ ਹੀ ਕਹਿ ਲਓ ਤੁਸੀਂ ਵੀ ਬੰਦ ਹੋ ਜਾਂਦਾ ਹੈ ਸ਼ੂਟ ਫਿਰ ਦੁਬਾਰਾ ਕੀ ਕਰੀਏ ਅੱਗੇ ਯਾਰ ਡਿਗਰੀ ਵਾਲੇ ਬੰਦੇ ਕਹਿੰਦੇ ਵੀ ਅਸੀਂ ਕੈਨੇਡਾ ਤੋਂ ਨਹੀਂ ਆ ਸਕਦੇ ਬਿਕੋਜ਼ ਆਫ ਕੋਵਿਡ ਸੋਚਿਆ ਸੀਗਾ ਵੀ ਉਹੀ ਸ਼ੁਰੂ ਕਰ ਲੈਣੇ ਆ ਬਹੁਤ ਗੱਲਾਂ ਨੇ ਮੈਂ ਸ਼ਾਇਦ ਖੁੱਲ ਕੇ ਨਹੀਂ ਆਇਆ ਮੈਂ ਮੈਨੂੰ ਪਸੰਦ じゃ ਨਹੀਂ ਹੈਗਾ ਇੰਨਾ ਪਰ ਚਲੋ ਅੱਜ ਗੱਲ ਹੋਈ ਆ ਤਾਂ ਇਸ ਕਰਕੇ ਕੋਈ ਰੀਜ਼ਨ ਹੈ ਵੀ ਯਾਰ ਡਿਗਰੀ ਲੇਟ ਹੋ ਰਹੀ ਹੈ ਮੈਂ ਕੋਦ ਨਹੀਂ ਚਾਹੁੰਦਾ ਯਾਰ ਡਿਗਰੀ ਲੇਟ ਹੋਵੇ ਯਾਰ ਉਹ ਤਾਂ ਸਾਨੂੰ ਮਤਲਬ ਕਿ ਸਾਡਾ ਸਾਨੂੰ ਸਭ ਕੁਝ ਯਾਰ ਉਹਨੇ ਦਿੱਤਾ ਆ ਅਸੀਂ ਨਹੀਂ ਚਾਹੁੰਦੇ ਇਹ ਗੱਲ ਬਟ ਕੁਝ ਹੁੰਦਾ ਫਾਈਨੈਂਸ਼ਲੀ ਰੀਜ਼ਨਸ ਹੁੰਦੇ ਨੇ ਕਿਉਂਕਿ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਿਹੜੇ ਬਜਟ ਹੈ ਵੈਬਸਾਈਟ ਇਸ ਦਾ ਉਹ ਕੰਪ ਫਿਲਮ ਦੇ 5 ਗੁਣਾ ਜਾਂ 10 ਗੁਣਾ ਹੀ ਘੱਟ ਹੁੰਦਾ 10 ਗੁਣਾ ਹੀ ਲਾ ਲਓ ਜੇ ਆਪਾਂ ਇੱਕ ਉਹਦੀ ਲਈਏ ਪਰ ਜਿਹੜਾ ਸਾਡਾ ਕੰਮ ਹੁੰਦਾ ਉਹ ਤੋਂ 5 ਜਾਂ 4 ਗੁਣਾ ਜ਼ਿਆਦਾ ਉਹਨਾਂ ਵੱਡਾ ਅਸੀਂ ਵੱਧ ਕੰਟੈਂਟ ਦੇਣਾ ਹੁੰਦਾ ਤਾਂ ਉਹ ਕਰਕੇ ਨਾ ਬਹੁਤ ਹੋ ਰਹਿੰਦਾ ਆ ਪਰ ਚਲੋ ਐਨੀਵੇਜ਼ ਮੈਂ ਲੋਕਰ ਨੂੰ ਤਾਂ ਬਸ ਇਹੀ ਬਿਲ ਕਰੂੰਗਾ ਵੀ ਯਾਰ ਕੋਈ ਗੱਲ ਨਹੀਂ ਵੀ ਜੇ ਨਹੀਂ ਆ ਰਹੇ ਬਾਈ ਜੀ ਕਿੱਡੀ ਥ੍ਰੀ ਥੋੜਾ ਗਿਲਾ ਸ਼ਿਕਵਾ ਜ਼ਰੂਰੀ ਹੈ ਪਰ ਇਹਨਾਂ ਨੂੰ ਪਲੀਜ਼ ਯਾਰ ਉਹ ਨਾ ਕਰਿਓ ਪਲੀਜ਼ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਇਹ ਸਾਰਿਆਂ ਦੀ ਐਕਟਿੰਗ ਨੂੰ ਮੈਨੂੰ ਬੋਲੀ ਜਾ ਪਰ ਇਹਨਾਂ ਨੂੰ ਨਾ ਬੋਲੀ ਜਾ ਬਸ ਕਿਹ ਬਾਤ ਹੈ ਆ ਰੱਬੀ ਟਿਵਾਨਾ ਦੀ ਰੈਬਿਟਵਾਨੀ ਜੀ ਅਪੀਲ ਸੀਗੀ ਤੁਹਾਡੇ ਤੋਂ ਤਾਂ ਮੈਨੂੰ ਲੱਗਦਾ ਮੈਂ इमोशनल ਹੋ ਗਈ ਵੈਸੇ ਸੁਣਦੇ ਸੁਣਦੇ ਮੈਨੂੰ ਲੱਗਦਾ ਸਟਾਰ ਕਾਸਟ ਵੀ ਬਹੁਤ ਧਿਆਨ ਨਾਲ ਤੁਹਾਨੂੰ ਸੁਣ ਰਹੀ ਸੀ ਤੇ ਇੰਨਾ ਹੀ ਮੁੱਲ ਇਹਨਾਂ ਦਾ ਵੀ ਅਸੀਂ ਮੋੜਨਾ ਹੈ ਹਨਾ ਕਿਉਂਕਿ ਮੈਨੂੰ ਲੱਗਦਾ ਤੁਸੀਂ ਹੀ ਇਹਨਾਂ ਨੂੰ ਅੱਜ ਮਕਾਮ ਦਿੱਤਾ ਹੈ ਤੇ ਜਿੰਨਾ ਪਿਆਰ ਤੁਹਾਡੀ ਉਸ ਨੂੰ ਮਿਲਿਆ ਸੀ ਮੈਨੂੰ ਲੱਗਦਾ ਇਹਨੂੰ ਵੱਧ ਕਿਉਂਕਿ ਟ੍ਰੇਲਰ ਤੇ ਤਾਂ ਉਹ ਲਾਈਕਸ ਤੇ ਕਮੈਂਟਸ ਜਦੋਂ ਮੈਂ ਆ ਵੀ ਰਹੀ ਸੀ ਉੱਪਰ ਦੇਖਣ ਗਈ ਸੀ ਡਿਫਰੈਂਸ ਹੈਗੇ ਥੱਲੇ ਆਈ ਵੱਧ ਰਿਹਾ ਹੈ ਐਵਰੀ ਹੈ ਕਿਨ ਤਾਂ ਉਹ ਤੁਹਾਨੂੰ ਡਰਨ ਦੀ ਤਾਂ ਲੋੜ ਹੈਗੀ ਨਹੀਂ ਤੁਸੀਂ ਇੱਕ ਬਹੁਤ ਵੱਡਾ ਕੈਟਰ ਪੰਜਾਬ ਚ ਕਰ ਲਿਆ ਇਕੱਠਾ ਇਸ ਦੇ ਨਾਲ ਹੀ ਹੁਣ ਆਪਾਂ ਐਂਡਿੰਗ ਸੈਗਮੈਂਟ ਛੋਟੀ ਜੀ ਗੇਮ ਖੇਲਾਂਗੇ ਤੇ ਉਹ ਤੁਸੀਂ ਹੀ ਆਨਸਰ ਕਰਨੀ ਹੈ ਰੈਪਿਡ ਫਾਇਰ ਹੈ ਤੁਹਾਨੂੰ ਮੈਂ ਇੱਕ ਇੱਕ ਵਰਡ ਦਵਾਂਗੀ ਜਿਹਦੇ ਤੋਂ ਉਹ ਜਾਂਦਾ ਹੈ ਉਹ ਤੁਸੀਂ ਉਹਦਾ ਨਾਮ ਲੈ ਦੇਣਾ ਠੀਕ ਹੈ ਕਰੀਏਗਾ سٹਾਰਟ ਗੇਮ ਫਿਰ ਚਲੋ ਸਭ ਤੋਂ ਇਲਤੀ ਜੋ ਅਕ ਇਲਤੀ ਤਾਂ ਬੜੇ ਨੇ ਜੀ ਉਹ ਸਭ ਤੋਂ ਜ਼ਿਆਦਾ ਇਲਤੀ ਜੋ ਆਕ ਇਲਤੀ ਮੈਂ ਕਹੂੰਗਾ ਇਹ ਅਭੀ ਨਹੀਂ ਇਹ ਇਲਤੀ ਆ ਜੀ ਇਹ ਗਾਇਬ ਰਹਿੰਦਾ ਹੀ ਇਲਤੀ ਆ ਇਹ ਤੁਸੀਂ ਕਿੱਥੇ ਗਾਇਬ ਰਹਿੰਦੇ ਹੋ ਕਿਤੇ ਨਹੀਂ ਗਾਇਬ ਰਹਿੰਦੇ ਡੋਡੇ ਸਾਨੂੰ ਜਮਾਤ ਦੇ ਪ੍ਰੋਫੈਸਰ ਤੋਂ ਕੰਪਲੇਂਟ ਹੈ ਸੇਲੀ ਦੇ ਚੱਕਰਾਂ 'ਚ ਗਾਇਬ ਰਹਿੰਦੇ ਹੋ ਕੁਝ ਖਾਣ ਪੀਣ ਦੇ ਚੱਕਰਾਂ 'ਚ ਗਾਇਬ ਰਹਿੰਦੇ ਹੋ ਭਾਈ ਨੇ ਦੋ ਦੋ ਸਹੇਦੀਆਂ ਦਵਾਈਆਂ ਫਿਰ ਗਾਇਬ ਕੀ ਕੀ ਬਾਤ ਹੈ ਸਭ ਤੋਂ ਵੱਡਾ ਫਲਰਟੀ ਕੌਣ ਹੈ ਫਲੌਟ ਸਭ ਤੋਂ ਜ਼ਿਆਦਾ ਕੌਣ ਕਰਦਾ ਹੈ ਸੈਟ ਤੇ ਵੀ ਜਸਾ ਹੀ ਕਰਦਾ ਹੀ ਹਾਏ ਇਹ ਤਾਂ ਵਿਚਾਰਤੋ ਤਾਂ ਇੱਥੇ ਫਲਾਰਟ ਨਹੀਂ ਹੋਇਆ ਨਾ ਤੁਹਾਨੂੰ ਮਤਾ ਹੀ ਤਾਂ ਹਸ ਰਹੇ ਸੀਗੇ ਜਿਵੇਂ ਅਸੀਂ ਇਹ ਬਹੁਤ ਤੇਜ਼ ਹੈ ਇਹ ਛੁੱਲੀ ਜੀ ਉਰੇ ਨਹੀਂ ਹੈ ਕਰਦੇ ਸਭ ਤੋਂ ਵੱਧ ਫਲਰਟ ਹੀ ਇਹੀ ਹੈ ਜੀ ਤੇ ਦੀਪਦਾਸ ਕੌਣ ਹੈ ਫਿਰ ਆਪਣੀ ਟੀਮ ਦਾ ਦੀਪਦਾਸ ਤਾਂ ਕੋਈ ਨਹੀਂ ਹੈਗੀ ਸਾਰੀ ਉਹਨੇ ਹੈਗਾ ਜੀ ਪੂਰੇ ਮਤਲਬ ਕੋਈ ਦੀਪਦਾਸ ਵਾਲੀ ਨਹੀਂ ਕੋਈ ਗੱਲ ਹੈਗੀ ਐ ਕੋਈ ਰੋਣਦ ਦਾ ਨਾ ਬਾਹਰ ਨਹੀਂ ਆਇਆ ਤੁਹਾਨੂੰ ਲੱਗਦਾ ਥੋੜੀ ਦੇਰ ਨੂੰ ਹੋਰ ਹਾਂ ਸ਼ਾਇਦ ਆ ਜੀ ਜੀ ਦੀਪਦਾਸ ਤਾਂ ਕੋਈ ਨਹੀਂ ਹੈਗੀ ਕਿੱਥੋਂ ਵੀਰਾ ਕੋਈ ਦੀਪਦਾਸ ਬਣ ਜੇ ਕੋਈ ਸਭ ਤੋਂ ਸੋਹਣਾ ਸਿੰਗਰ ਸਿੰਗਰ ਆਪਣੇ ਚੋਂ ਕਿਹਨੇ ਗਾਇਆ ਮੈਨੂੰ ਲੱਗਦਾ ਹਰਸ਼ ਆਈ ਗੈਸ ਗਾਉਂਦੀ ਐ ਹਰਸ਼ ਗਾਉਂਦੀ ਐ ਇੱਕ ਸਾਡੇ ਮੇਕਅਪ ਵਾਲੇ ਮੈਮ ਸੀ ਪ੍ਰੀਤ ਬਰਾੜ ਮੈਮ ਉਹ ਗਾਉਂਦੇ ਨੇ ਤੇ ਜੱਸਾ ਵੀ ਉਹ ਰੈਪਰ ਬੈਠਾ ਸੱਚ ਆਪਣਾ ਯੁਵਰਾਜ ਸੱਚ ਲੈ ਕੀ ਬਾਤ ਐ ਵੀਪੀਐਸ ਅਦਰ ਰੈਪ ਵੀ ਐ ਸੈਕਿੰਡ ਐਪੀਸੋਡ ਦੇ ਵਿੱਚ ਤੇ ਇਹਦਾ ਰੈਪ ਉਹਦੇ ਲਈ ਅਸੀਂ ਬਹੁਤ ਐਕਸਾਈਟਿਡ ਰਹਿਵਾਂਗੇ ਤੇ ਭੁੱਖੜ ਸਭ ਤੋਂ ਵੱਧ ਕੌਣ ਭੁੱਖੜ ਦਾ ਹੀ ਦੇਖੋ ਜਿਹੜੇ ਸਾਨੂੰ ਮੈਂ ਖਾਣ ਪੀਣੂ ਦਿੰਦਾ ਸੀਗਾ ਜੀ ਕੋਈ ਹੁਣ ਨਹੀਂ ਚਾਹੀਦਾ ਕੀ ਇਹ ਸਾਰੀ ਹੋਣੀ ਚਾਹੀਦੇ ਨੇ ਜੀ ਭੁਖੜ ਤਾਂ ਐ ਸੱਚ ਤਾਂ ਕੋਈ ਨਹੀਂ ਹੈਗਾ ਜੀ ਸਾਰੇ ਬਸ ਜਿਹੜਾ ਕੁਝ ਆਉਂਦਾ ਸੀ ਖਾਣਾ ਕੋਈ ਹੋਰ ਆਨਸਰ ਕਰਨਾ ਚਾਹੂਗਾ ਹਾਂ ਕੁੜੀਆਂ ਜ਼ਰੂਰ ਇਹ ਹੁੰਦਾ ਸੀਗਾ ਜੀ ਵੀ ਮੁੰਡੇ ਵੱਧ ਖਾਂਦੇ ਨੇ ਜੀ ਕੁੜੀਆਂ ਘੱਟ ਖਾਂਦੀਆਂ ਨੇ ਅੱਛਾ ਇਹ ਗੱਲ ਹੈ ਤੁਹਾਡੇ ਚ ਕੋਈ ਕਦਸਣਾ ਚਾਹੂਗਾ ਸਭ ਤੋਂ ਵੱਧ ਭੁਖੜ ਕੌਣ ਸੀ ਤੁਸੀਂ ਵੀ ਆਨਸਰ ਕਰ ਸਕਦੇ ਹੋ ਹਾਂ ਦੱਸੋ ਯਾਰ ਤੁਸੀਂ ਬੋਲੋ ਤੁਸੀਂ ਬੈਠੇ ਹੋਰੇ ਤੁਸੀਂ ਰਹੇ ਹੋ ਨਾਲ ਰਹੇ ਨੇ ਜੀ ਇਕੱਠੇ ਇਹ ਮੈਂ ਤਾਂ ਇਹ ਤੁਹਾਨੂੰ ਇਹ ਵੀ ਦੱਸ ਦਿੰਦਾ ਸਭ ਤੋਂ ਵੱਡਾ ਫਲਰਟ ਦਾ ਆਨਸਰ ਦੇ ਦਿਓ ਫਿਰ ਕੋਈ ਕੌਣ ਸੀਗਾ ਜੱਸ ਸਈ ਨਈ ਨੀ ਉਹਨਾਂ ਦਾ ਇਸ਼ਾਰਾ ਕਿਤੇ ਹੋਰ ਕੌਣ ਸੇ ਦਾ ਗੈਵੀ ਇਹਨਾਂ ਦੀ ਕੋਈ ਇੱਕ ਪਿਕਅਪ ਲਾਈਨ ਦੱਸ ਦੋ ਸਾਨੂੰ ਪਿਕਅਪ ਲਾਈਨ ਉਹ ਉਹ ਉਹੀ ਦੱਸ ਸਕ ਸਕਣਗੇ ਜਿੰਨਾ ਨਾਲ ਫਲਰਟ ਕੀਤਾ ਹੈ ਦੇਖੋ ਅੱਛਾ ਪਿਕਅਪ ਲਾਈਨ ਕੋਈ ਹੈ ਨਹੀਂ بس ਇਹਨੂੰ ਐਵੇਂ ਫਲਰਟ ਕਰਨਾ ਨਾ ਜਦੋਂ ਜਬ ਵੀ ਹਟ ਜਾਂਦਾ ਅੱਛਾ ਇੱਕ ਸਕਿੰਟ ਨਾ ਮਾਈਕ ਕੀ ਕੀ ਕਹਿੰਦੇ ਹੈ ਪੰਜਾਬੀ ਸ਼ਾਰਟ ਹਾਂ ਇਹ ਥੋੜਾ ਨਾ ਮੈਂ ਦੇਖਿਆ ਉਲਝ ਜਾਂਦਾ ਕਿ ਹੁਣ ਕੀ ਕਰੀਏ ਇਹ ਬਸ ਇਹ ਕਹਿੰਦਾ ਵੀ ਕੋ ਟੈਕਨੀਕ ਹੈ ਉਹ ਪੰਜਾਬੀ ਛੱਡ ਦੋ ਹਿੰਦੀ ਚਾਜੋ ਤਾਂ ਮੈਂ ਆਪਕੋ ਉਹ ਲੋ ਕੀ ਬਸ ਉਹ ਤਾਂ ਬਾਤ ਹੈ ਜੀ ਇਹਦੀ ਖਿਚੜੀ ਭਗਦੀ ਆ ਪੜ ਇਹਨਾਂ ਦਾ ਕੀ ਹੋਊਗਾ ਨਾ ਫਲੋਟ ਵਾਲੀ ਨਹੀਂ ਰੱਖੋ ਆਟੋ ਹੋਣੀ ਸੈੱਟ ਕਰ ਨੀ ਨਹੀਂ ਮੁੰਡਾ ਸਿਆਣਾ ਪਰ ਮੈਂ ਕਹੂੰਗਾ ਬਹੁਤ ਵਧੀਆ ਮੁੰਡਾ ਨੀ ਐਵੇਂ ਦੀ ਕੋਈ ਗੱਲ ਨਹੀਂ ਸੀਗੀ ਜੀ ਉਹ ਵੈਸੇ ਗੱਲ ਇਹ ਹੁੰਦੀ ਸੀ ਵੀ ਅਸੀਂ ਜਦੋਂ ਸ਼ੂਟ ਕੀਤਾ ਸੀਗਾ ਮਤਲਬ ਸਾਡਾ ਪਹਿਲਾ ਸ਼ੂਟ ਵਈ ਸਭ ਤੋਂ ਤੇ ਵੈਸੇ ਇਹਦਾ ਮੇਰੇ ਨਾਲ ਥੋੜਾ ਜਿਆਦਾ ਉਹ ਹੁੰਦਾ ਸੀਗਾ ਜੀ ਵਿੱਚ ਕਰੈਕਟਰ ਦੇ ਤੇ ਇਹਨੇ ਮੇਰੇ ਕੋਲੇ ਹੋਣਾ ਜੀ ਜਦੋਂ ਵੀ ਕਿਸੇ ਨਾਲ ਗੱਲ ਚੱਲਣੀ ਮੈਨੂੰ ਥੋੜਾ ਸ਼ੌਂਕ ਸੀਗਾ ਮੈਂ ਹਿੰਦੀ ਜ਼ਿਆਦਾ ਬੋਲ ਕੇ ਮਤਲਬ ਇੰਪਰੂਵ ਕਰਾਂ ਜੀ ਬਸ ਇਹਨੂੰ ਇਹੋ ਜੀ ਫਲੱਟ ਤੇ ਲੱਗਦੀ ਸੀ ਹੁਣ ਮੈਂ ਕੀ ਕਹਿ ਸਕਦਾ ਜੀ ਤਾਂ ਕਰਕੇ ਥੋੜੀਆਂ ਜੀਆਂ ਕਨਫਿਊਜ਼ਨਾਂ ਹੋਈਆਂ ਨੇ ਜੀ ਬਟਾ ਫੋਨ ਹੀ ਡੇਕ ਰਿਹਾ ਰਿਕਾਰਡ ਫੋਨ ਤੇ ਕੌਣ ਲੱਗਿਆ ਰਹਿੰਦਾ ਸਾਰਾ ਟਾਈਮ ਆ ਬੈਠੇ ਨਾਲ ਹੀ ਬਹਿਤ ਨਹੀਂ ਮੈਂ ਤਾਂ ਇਹਨਾਂ ਨੂੰ ਹੀ ਦੇਖਿਆ ਜੋਤਜੀ ਨੂੰ ਇਨਸਟਾ ਵਗੈਰਾ ਕਰਦੇ ਹੋਏ ਰੀਲਾਂ ਹੋ ਗਈਆਂ ਜੀ ਉਹ ਫੋਨ ਤਾਂ ਸਾਰੇ ਹੀ ਹੋ ਗਏ ਜੀ ਵੈਸੇ ਕੋਈ ਦਿਨਾ ਚਾਹੂਗਾ ਸਭ ਤੋਂ ਵੱਧ ਫੋਨ ਟਿਕ ਦਾ ਟਾਈਟਲ ਕਿਸੇ ਨੂੰ ਤੁਸੀਂ ਜੋਤ ਜੀ ਇੱਥੇ ਦੇ ਉੱਤੇ ਸਾਰੇ ਨਫਟੇ ਰੰਦੇ ਜੋ ਠੀਕ ਹੈ ਸਭ ਤੋਂ ਵੱਧ ਤਾਂ ਚੋ ਫੋਨ ਕਰਦਾ ਹੈ ਮੁੰਡੇ ਕੁੜੀਆਂ ਦੋਵਾਂ ਵਿੱਚੋਂ ਜੋ ਜੋ ਟੱਚ ਬੈਸਲੀ ਕਿਉਂਕਿ ਮੈਨੂੰ ਸਵੇਟਿੰਗ ਬਹੁਤ ਹੁੰਦੀ ਫੇਸ ਤੇ ਮੁੰਡਿਆਂ ਚੋਂ ਮੈਂ ਨਹੀਂ ਨਹੀਂ ਜੀ ਨਹੀਂ ਸਾਰੇ ਉਸੇ ਬਰਾਬਰ ਹੀ ਹੈ ਸਾਰੇ ਬਹੁਤ ਚੁੱਪ ਸੌਰੀ ਲੋੜਾ ਜੋਧ ਨੂੰ ਵੱਧ ਪੈਂਦੀ ਇਹਨੂੰ ਵੀ ਪਸੀਨਾ ਬੜਾ ਆਉਂਦਾ ਹੈ ਨਾ ਜੋਧ ਇਹਦਾ ਇੱਕ ਸ਼ਾਰਟ ਹੀ ਲਾਤਾ ਪਸੀਨੇ ਵਾਲਾ ਸੀ ਗਾਣੇ ਚ ਕੀ ਬਾਤ ਹੈ ਤੇ ਹੁਣ ਥੋੜੇ ਜਿਵੇਂ ਤੁਸੀਂ ਫੜਿਓ ਆਪ ਤੇ ਕੋਲ ਹੀ ਰੱਖਿਓ ਥੋੜਾ ਆਪਾਂ ਕਨਸੈਪਟ ਅਕੋਰਡਿੰਗਲੀ ਲੈਣੇ ਆ ਕਿਹੜਾ ਬਾਅਰ ਸੱਚੀ ਚ ਅਸਲ ਚ ਜਾ ਰਹੇ ਆ ਜਾਂ ਜਾਂਦੇ 플ਾਨਸ ਸੀਗੇ ਆ ਕੱਲ ਚੱਲੇ ਨੇ ਜੀ ਕੀ ਬਾਤ ਹੈ ਅਸਲ ਚ ਚੱਲਦੇ ਹੋ ਤੁਸੀਂ ਦੱਸੋ ਕਿਉਂ ਚੱਲੇ ਹਾਂ ਮੈਂ ਕਹਦਾ ਹਾਂ ਆਉਣਾ ਕਦੋਂ ਸ਼ੂਟ ਕਰੀਏ ਨਹੀਂ ਨਹੀਂ ਮੈਂ ਬਸ ਵੈਸੇ ਹੀ ਸੈਟਲ ਹੋਣ ਲਈ ਨਹੀਂ ਬਸ ਥੋੜਾ ਬ੍ਰੇਕ ਲਈ ਬਸ ਵਕੇਸ਼ਨ ਲਈ ਮੈਨੂੰ ਲੱਗਦਾ ਹੈ ਕਿ ਰੈਪੀ ਜੀ ਨੂੰ ਬਹੁਤ ਪੈਸੇ ਦਿੱਤੇ ਕਿ ਸਟਾਰਟ ਕਰੋ ਅਬਰੌਡ ਦੇ ਟੂਰ ਲਓ ਨਹੀਂ ਉਹ ਤਾਂ ਬਸ ਗੱਲ ਨਾ ਕਰੋ ਉਹਦੀ ਨਾ ਗੱਲ ਕਰੋ ਜੀ ਕਿਦੋਂ ਬਾਹਰ ਜਾਣੇ ਵਾਲਾ ਹੁੰਦੇ ਹੁੰਦੇ ਰਹਿ ਜਾਊਗਾ ਤਾਨੂੰ ਕੀ ਲੱਗਦਾ ਕਿਤੇ ਬੈਂਡ ਰਹਿ ਜਾਣੀ ਹੈ ਬੈਂਡ ਦੇ ਦੇਖੋ ਜੀ ਇਹਨਾਂ ਦੇ ਵੀ ਆਏ ਹੋਏ ਨੇ ਜੀ ਇਹਦੇ ਵੀ ਆਏ ਹੋਏ ਨੇਗੇ ਜੀ ਆਈ ਗੈਸ ਹੋਰ ਨਾ ਨਾ ਤੁਹਾਡੇ ਵੀ ਸ਼ਾਇਦ ਮਿਲਣ ਲੱਗਦਾ ਆ ਆ ਕੇ ਲੰਘ ਗਏ ਜੀ ਬਾਕੀ ਦੱਸਦੇ ਨਹੀਂ ਹੈਗੇ ਜੀ ਕੁਝ ਉਹਦੇ ਆਏ ਹੋਏ ਨੇ 8 7 7 ਜੀ ਵਾਈਪੀਐਸ ਵਾਲੇ ਦੇ ਵੀ ਆਏ ਹੋਏ ਨੇ ਕਿੰਨੇ ਨੇ 7.5 8 ਉਹ ਗੋਪੀ ਦਾ ਔਖਾ ਜੀ ਗੋਪੀ ਤਾਂ ਨਹੀਂ ਹੋ ਉਹ ਇਹਦੇ ਬੈਂਡ ਨਹੀਂ ਆ ਸਕਦੇ ਮੈਂ ਤੁਹਾਨੂੰ ਦੱਸਦਾ ਕਿਉਂ ਅਸੀਂ ਨਾ ਇੱਕ ਸ਼ੂਟ ਕਰ ਰਹੇ ਹਾਂ ਜੀ ਇੱਕ ਸੀਨ ਹੈ ਤੇ ਉਹਦੇ ਵਿੱਚ ਨਾ ਮਤਲਬ ਕਿ ਅਸੀਂ ਇੱਕ ਕਰੈਕਟਰ ਕੀਤਾ ਉਹਨਾਂ ਉਹ ਸੀਗੇ ਕੰਮ ਮਤਲਬ ਕਿ ਉਹਦੇ ਘਰ ਦੇ ਵਿੱਚ ਕੰਮ ਕਰਦੇ ਨੇ ਜੇ ਜੇ ਦੇ ਘਰੀ ਸ਼ੂਟ ਕਰਦੇ ਪਏ ਸੀਗੇ ਅਸੀਂ ਤੇ ਉਹਨਾਂ ਤੋਂ ਐਕਟਿੰਗ ਨਾ ਹੋਵੇ ਮਤਲਬ ਕਿ ਜੇ ਜੇ ਉਹਨਾਂ ਨੂੰ ਕਹਿੰਦਾ ਵੀ ਇਹ ਥੋੜਾ ਜਿਵੇਂ ਰੋਬ ਜਿਹੜਾ ਦਿਖਾਇਆ ਨਾ ਉਹ ਇਹਨੂੰ ਕੋਈ ਹੋਰ ਬਲੈਕ ਕਾਫੀ ਦੀ ਜਗ੍ਹਾ ਵਾਈਟ ਕਾਫੀ ਲੈ ਆਉਂਦੇ ਨੇ ਦੂਜੀ ਜਿਹੜੀ ਆਮ ਮਿਲਕ ਕਾਫੀ ਹੁੰਦੀ ਆ ਇਹ ਕਹਿੰਦਾ ਓਏ ਕਹਿੰਦਾ ਕਿ ਯੋਇ ਇਹ ਕਹਿੰਦਾ ਮੈਂ ਤੈਨੂੰ ਫਾਇਰ ਕਰ ਦੂੰਗਾ ਕਹਿੰਦਾ ਹਨਾ ਕਹਿੰਦਾ ਜੇ ਤੂੰ ਮੈਂ ਹੁਣੇ ਤੈਨੂੰ ਡੈਕ ਨੂੰ ਕਹਿ ਕੇ ਤੈਨੂੰ ਫਾਇਰ ਕਰਵਾਉਣਾ ਹਨਾ ਐ ਕਰਕੇ ਇਹਨੇ ਐ ਕਿਹਾ ਉਹ ਕਹਿੰਦਾ ਬਈ ਮaaf ਕਰ ਤੂੰ ਮaaf ਕਰ ਦਿਓ ਮੈਨੂੰ ਮaaf ਕਰ ਦਿਓ ਉਹ ਤਾਂ ਐਕਟਿੰਗ ਨਾ ਹੋ ਗਈ ਮੈਂ ਕਹਿਆ ਯਾਰ ਕੋਪੀ ਤੂੰ ਆ ਮੈਂ ਕਹੇ ਇਹਨੂੰ ਮੜਾ ਜਾ ਸਿਖਾ ਯਾਰ ਮੜਾ ਜਾ ਮੈਂ ਕਹਿਆ ਬਾਈ ਤੂੰ ਹੁਣ ਕੋਈ ਥੋੜਾ ਪ੍ਰੋਫੈਸ਼ਨਲ ਸੀਗੇ ਐਕਟਰ ਇਹ ਲੈ ਗਿਆ ਜੀ ਉਹਨਾਂ ਨਾਲ ਇਹ ਉਹਨੂੰ ਸਿਖਾ ਲਿਆ ਅਸੀਂ ਸੀਨ ਸ਼ੂਟ ਕਰ ਰਹੇ ਹਾਂ ਜੀ ਉਹ ਕਹਿੰਦੇ ਜੀ ਵੀ ਇਹ ਕਹਿੰਦਾ ਜੇ ਮੈਂ ਤੈਨੂੰ ਹੁਣੇ ਫਾਇਰ ਕਰਾਉਣਾ ਕਹਿੰਦਾ ਨਹੀਂ ਜੇ ਫਾਇਰ ਮਤ ਕਰਵਾਉਣਾ ਮੇਰੇ ਬੱਚੇ ਯਤਿਮ ਹੋ ਜਾਣਗੇ ਮੈਂ ਕਿਹਾ ਆ ਕੀ ਕੈਰੇਕਟਰ ਇੱਕ ਹੀ ਹੋ ਗਿਆ ਬੱਚੇ ਯਤਿਮ ਹੋ ਜਾਣਗੇ ਮੇਰੀ ਮੇਰੀ ਔਲਾਦ ਦਾ ਕੌਣ ਖਿਆਲ ਰੱਖੇਗਾ ਮੈਂ ਕਿਹਾ ਯਾਰ ਇਹ ਕੀ ਬੋਲ ਗਿਆ ਮੈਂ ਮੈਂ ਉਹ ਤੋਂ ਤਾਂ ਇਗਨੋਰ ਕਰਤਾ ਬਹੁਤ ਵ मजा ਆਇਆ ਸਾਰੇ ਨਾਲ ਕੰਮ ਕਰਕੇ ਤੇ ਬਹੁਤ ਹੀ ਅੱਛੇ ਐ ਤੇ ਬਸ ਤੁਸੀਂ ਵੀ ਜਦੋਂ ਦੇਖੋਗੇ ਸ਼ੋ ਤਾਂ ਮਤਲਬ ਯਾਰ ਜਿਗਰੀ 3 ਤੋਂ ਥੋੜਾ ਜਿਹਾ ਬਈ ਉਹ ਜਿਹੜਾ ਗਿਲਾਸ਼ ਇੱਕ ਬਹੁਤ ਥੋੜਾ ਸਾਈਡ ਤੇ ਰੱਖ ਕੇ ਉਹਨੂੰ ਦੇਖਿਓ ਠੰਡੇ ਦਿਮਾਗ ਨਾਲ ਸ਼ੋ ਦੇਖ ਕੇ ਤੁਹਾਨੂੰ ਬਹੁਤ ਮਜ਼ਾ ਆਊਗਾ। ਕੀ ਬਾਤ ਹੈ। ਥੈਂਕ ਯੂ so much। ਤੇ ਕਲਾਸ ਫਿਰ ਆਪਾਂ ਸੁਣ ਲਈ ਤੁਹਾਡੇ ਕੈਂਡੀਡੇਟ ਦਾ ਗਾਣਾ। ਇੱਕ ਤਾਂ ਤੁਹਾਡੀ ਕਲਾਸ ਬਹੁਤ ਛੇਤੀ ਲੇਜੀ ਹੋ ਜਾਂਦੀ ਹੈ ਥੋੜਾ ਮੈਨੂੰ ਮੁੰਡਿਓ। ਨਾ ਨਾ ਇਹ ਤਾਂ ਇਕੱਲੇ ਇਹਨਾਂ ਤੇ ਆਈ ਹੈ ਹੁਣ ਤੁਸੀਂ ਚੁੱਪ ਰਹਿਣਾ। ਕੀ ਬਾਤ ਹੈ ਨਾ ਮਾਈਕ ਪਨ ਚਾ ਦੇਣੇ। ਤੁਹਾਡਾ ਗਾਣਾ ਸੁਣ ਕੇ ਸਾਰਿਆਂ ਨੇ ਤਾਲੀਆਂ ਮਾਰ ਕੇ ਖੁਸ਼ਾਣੀ ਹੈ ਪ੍ਰੋਫੈਸਰ ਸਾਹਿਬ ਨੂੰ। ਮੇਰੇ ਅੰਦਰ ਰਿਐਕਸ਼ਨ ਦੀਦੀ ਉਹ ਮੇਰੇ ਅੰਦਰ ਰਿਐਕਸ਼ਨ ਮੈਂ ਅੰਦਰ ਰਿਐਕਸ਼ਨ ਲਈ ਪ੍ਰੋਪਰ ਹੈ ਇਤਲੇ ਵੇਨੇ ਜੀ ਇਹ ਇਨ ਸਟਰੀਟ ਹੋ ਕੇ ਟੱਕਰੇ ਖੜ ਗਿਆ ਆਰਮ ਫੜ ਕੇ ਵਾਟਰ ਵਾਟਰ ਹੋ ਗਈ ਮੇਰਾ ਤਕ ਤਕਾਟ ਮੇਰਾ ਧੜਕੇ ਗੋਮਟ ਗੌਣ ਮੇ ਤੇਰਾ ਟਕ ਵੇ ਟਕੂਆ ਕੜ ਕੇ ਗੋਮਟ ਗੌਣ ਮੇ ਤੇਰਾ ਇਹਦਾ ਨੈਕਸਟ ਅੰਤਰਾ ਵੀ ਹੈਗਾ ਤੀ ਜੀ ਮੈਂ ਉਹੀ ਨਹੀਂ ਹੈਨਾ ਹੌਣ ਹੈ ਤੇਰੇ ਬ੍ਰਦਰਸ ਤਾਂ ਹੀ ਮੈਨਾਂ ਕਿਸੇ ਤੋਂ ਡਰਦਾ ਹਾਏ ਦੇ ਗੰਡਾਸਾ ਜੱਟ ਦਾ ਬੱਲੀਏ ਸਿਟ ਡਾਊਨ ਸਿਟ ਡਾਊਨ ਕਰਦਾ ਅਥਰੀ ਫਰੈਂਡਸ਼ਿਪ ਤੇ ਆਉ ਫਿਰੇ ਮਹਾਲਾ ਡਰਦਾ ਅਥਰੀ ਫਰੈਂਡਸ਼ਿਪ ਤੇ ਥੈਂਕ ਯੂ ਜੀ ਇਸਦੇ ਨਾਲ ਹੀ ਯਾਰ ਚੱਲੇ ਬਾਹਰ ਦੀ ਸਟਾਰ ਕਾਸਟ ਛੱਡਣ ਦਾ ਜਮਾਂ ਜੀਣੀਏ ਪਰ ਇਹਨਾਂ ਤੋਂ ਲਵਾਂਗੇ ਅਸੀਂ ਅਲਵਿਦਾ ਫਿਰ ਤੋਂ ਤੁਹਾਨੂੰ ਇੱਕ ਵਾਰੀ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਦੇ ਆਲ ਦਾ ਵੈਰੀ ਬੈਸਟ ਤੁਸੀਂ ਪੂਰੇ ਚਾਹੋਗੇ ਤੇ ਮੈਨੂੰ ਲੱਗਦਾ ਯਾਰ ਚੱਲੇ ਬਾਹਰ ਦੀ ਸਕਸੈਸ ਦਾ ਯਾਜੜਨਾ ਸ਼ੁਰੂ ਹੋ ਗਿਆ ਹੈ ਤੁਸੀਂ ਉੱਤੇ ਜਾ ਹੀ ਜਾਣਾ ਇਸਦੇ ਨਾਲ ਥੈਂਕ ਯੂ ਸੋ ਮੱਚ एवरीवन ਰਾਬੀ ਜੀ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਇੱਕ ਵਾਰੀ ਫਿਰ ਤੋਂ ਟੀਮ ਬਾਏ ਕਹ ਦੋ ਪੰਜਾਬੀ ਮੇਨੀਆ ਨੂੰ ਸੀ ਯੂ ਵੈਰੀ ਥੈਂਕ ਯੂ ਸੋ ਮੱਚ ਗਾਇਸ ਥੈਂਕ ਯੂ